ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੀ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ ਮੈਂ ਸਾਰੇ ਦੋਸਤ ਜਿਹੜੇ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਕਰਾਂਗਾ, ਬੇਨਤੀ ਕਰਾਂਗਾ, ਦਰਖਾਸਤ ਕਰਾਂਗਾ ਕਿ ਉਹ ਇਸ ਜਿਹੜਾ ਸਾਡਾ ਲਾਈਵ ਸੈਸ਼ਨ ਚੱਲ ਰਿਹਾ ਇਹਨੂੰ ਸ਼ੇਅਰ ਕਰ ਦੇਣ ਔਰ ਬਾਕੀ ਦੋਸਤਾਂ ਨੂੰ ਇਤਲਾਹ ਜਾਂ ਮੈਸੇਜ ਕਰ ਦੇਣ ਕਿ ਉਹ ਆਉਣ ਅਤੇ ਅੱਜ ਦਾ ਜਿਹੜਾ ਸੈਸ਼ਨ ਹੈ ਉਹ ਅਸੀਂ ਸ਼ੁਰੂ ਕਰ ਸਕੀਏ। ਅੱਜ ਦਾ ਜਿਹੜਾ ਜਿਹੜਾ ਅੱਜ ਟੌਪਿਕ ਹੈ ਉਹ ਮੇਰੇ ਦਿਲ ਦੇ ਬੜੇ ਨੇੜੇ ਟੌਪਿਕ ਅੱਜ ਦਾ ਜਿਹੜਾ ਰੱਖਿਆ ਗਿਆ ਔਰ ਮੈਂ ਸਮਝਦਾ ਵਾਂ ਕਿ ਅੱਜ ਕੱਲ੍ਹ ਦੀ ਜਿਹੜੀ ਸਿਚੁਏਸ਼ਨ ਹੈ ਉਹਦੇ ਨਾਲੇ ਬਹੁਤ ਰੈਲੀਵੈਂਟ ਟੌਪਿਕ ਹੈ ਔਰ ਇਸ ਤੋਂ ਵੱਖ ਮੈਂ ਇਹ ਵੀ ਗੱਲ ਕਰਨਾ ਚਾਹਾਂਗਾ ਕਿ ਜਿਹੜੇ ਸਾਡੇ ਰੈਵੋਲਿਊਸ਼ਨਰੀਜ਼ ਨੇ ਜਿਨ੍ਹਾਂ ਨੇ ਤਾਰੀਖ ਦੇ ਵਿੱਚ ਬਹੁਤ ਕੰਮ ਕੀਤਾ ਔਰ ਪੰਜਾਬ ਦੇ ਹਵਾਲੇ ਨਾਲ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਕਿ ਪੰਜਾਬ ਨੇ ਆਜ਼ਾਦੀ ਦੇ ਵਿੱਚ ਕੀ ਆਪਣਾ ਕਿਰਦਾਰ ਅਦਾ ਕੀਤਾ। ਬਹੁਤ ਸਾਰੇ ਲੋਕ ਜੋ ਝੂਠੀਆਂ ਗੱਲਾਂ ਵੀ ਕਰਦੇ ਨੇ ਔਰ ਜੋ ਵੀ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਗੱਲਾਂ ਦਾ ਉਹ ਕਰਦੇ ਨੇ। ਅੱਜ ਦਾ ਜਿਹੜਾ ਟੌਪਿਕ ਹੈ ਕਾਮਰੇਡ ਤੇਜਾ ਸਿੰਘ ਸੁਤੰਤਰ ਦੇ ਉੱਪਰ ਗੱਲਬਾਤ ਕਰਨ ਵਾਸਤੇ ਅੱਜ ਸਾਡੇ ਨਾਲ ਸਾਡੇ ਬਹੁਤ ਹੀ ਸੀਨੀਅਰ ਦੋਸਤ ਬਹੁਤ ਕਮਾਲ ਕਿਸਮ ਦੇ ਰਿਸਰਚਰ ਔਰ ਬੜੇ ਡਾਊਨ ਟੂ ਅਰਥ ਬੰਦੇ ਧਰਮ ਗੁਰਾਇਆ ਜੀ, ਧਰਮ ਸਿੰਘ ਗੁਰਾਇਆ ਜੀ ਸਾਡੇ ਨਾਲ ਨੇ USA ਤੋਂ। ਮੈਂ ਧਰਮ ਸਿੰਘ ਗੁਰਾਇਆ ਹੋਰਾਂ ਦੇ ਨਾਲ ਮੇਰੀ ਜਿਹੜੀ ਸਲਾਮ ਦੁਆ ਉਹ ਕਾਫੀ ਪੁਰਾਣੀ ਹੈ ਔਰ ਉਹਨਾਂ ਦੇ ਮੁਖਤਲਿਫ ਕੰਮ ਜਿਹੜਾ ਮੈਂ ਉਹਨਾਂ ਦੀ ਪਹਿਲੀ ਕਿਤਾਬ ਜਿਹੜੀ ਪੜ੍ਹੀ ਸੀ ਪੰਜਾਬ ਟੂ ਪੰਜਾਬ ਪੜ੍ਹੀ ਸੀ ਔਰ ਉਹ ਉਹਨਾਂ ਦੀ ਮੈਂ ਕਿਤਾਬ ਪੜ੍ਹੀ ਉਸ ਤੋਂ ਬਾਅਦ ਉਹਨਾਂ ਦਾ ਦੁੱਲੇ ਦੇ ਉੱਪਰ ਕੰਮ ਪੜਿਆ। ਉਹਨਾਂ ਦਾ ਬਾਕੀ ਜਿਹੜੇ ਸਾਡੇ ਵੱਖੋ ਵੱਖ ਉਹ ਕੰਮ ਉਹ ਪਰਸਨੈਲਿਟੀਜ਼ ਦੇ ਉੱਪਰ ਉਹਨਾਂ ਨੇ ਕੰਮ ਕੀਤਾ ਜਿਨ੍ਹਾਂ ਦੇ ਉੱਪਰ ਕੰਮ ਅਸੀਂ ਸਿਰਫ ਗੱਲਾਂ ਸੁਣੀਆਂ ਸੀ, ਕਹਾਣੀਆਂ ਸੁਣੀਆਂ ਸੀ, ਪਰ ਉਹਨਾਂ ਨੇ ਕੰਮ ਕੀਤਾ। ਖਾਸ ਕਰ ਮੈਂ ਇਹ ਗੱਲ ਕਰਾਂਗਾ ਕਿ ਜੱਗੇ ਦੇ ਉੱਪਰ ਜਿਹੜਾ ਉਹਨਾਂ ਨੇ ਕੰਮ ਕੀਤਾ ਉਹ ਬਹੁਤ ਹੀ ਲਾਜਵਾਬ ਕੰਮ ਸੀ ਔਰ ਉਹਦੇ ਤੇ ਵੀ ਉਹਨਾਂ ਨੇ ਸਾਨੂੰ ਬੜੀ ਉਹਨਾਂ ਦੀ ਨਵਾਜ਼ਿਸ਼ ਹੈ, ਮਿਹਰਬਾਨੀ ਹੈ ਕਿ ਉਹਨਾਂ ਟਾਈਮ ਦਿੱਤਾ ਔਰ ਉਹ ਲੈਕਚਰ ਵੀ ਉਹਨਾਂ ਨੇ ਸਾਡੀ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ ਕੀਤਾ। ਅੱਜ ਧਰਮ ਸਿੰਘ ਗੁਰਾਇਆ ਜੀ ਸਾਡੇ ਨਾਲ ਮੌਜੂਦ ਨੇ ਔਰ ਉਹਨਾਂ ਦੀ ਨਵੀਂ ਕਿਤਾਬ ਤੇਜਾ ਸਿੰਘ ਸੁਤੰਤਰ ਹੋਰਾਂ ਤੇ ਆ ਗਈ ਸੀ ਔਰ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਔਰ ਉਹਨਾਂ ਦੀ ਬੜੀ ਮਿਹਰਬਾਨੀ ਕਿ ਉਹਨਾਂ ਨੇ ਅੱਜ ਦਾ ਸਾਨੂੰ ਟਾਈਮ ਦਿੱਤਾ ਔਰ ਮੈਂ ਸਮਝਣਾ ਕਿ ਅੱਜ ਦੀ ਇਸ ਸਿਚੁਏਸ਼ਨ ਦੇ ਵਿੱਚ ਜਿੱਥੇ ਜਿਹੜਾ ਹੈ ਉਹ ਕਿਸਾਨ ਏਕਤਾ ਦੀ ਗੱਲ ਹੋ ਰਹੀ ਹੈ ਔਰ ਕਿਸਾਨਾਂ ਦੀ ਕਿਰਤੀਆਂ ਦੀ ਔਰ ਕਿਸਾਨਾਂ ਦੀ ਗੱਲ ਹੋ ਰਹੀ ਹੈ ਤੇ ਸੋ ਅੱਜ ਇੱਕ ਵੱਡਾ ਲੀਡਰ ਕਿਰਤੀਆਂ ਦਾ ਔਰ ਕਿਸਾਨਾਂ ਦਾ ਸਾਡੇ ਵਿੱਚ ਜ਼ਿਲ੍ਹਾ ਤੇਜਾ ਸਿੰਘ ਸੁਤੰਤਰ ਹੋਰਾਂ ਦੇ ਨਾਮ ਨਾਲ ਉਹਦੇ ਉੱਤੇ ਗੱਲਬਾਤ ਕਰਨ ਵਾਸਤੇ ਅਸੀਂ ਗੁਰਾਇਆ ਜੀ ਨੂੰ ਦਾਵਤ ਦਿਆਂਗੇ। ਜੀ ਗੁਰਾਇਆ ਜੀ ਸਰ ਜੀ ਆਇਆਂ ਨੂੰ ਲੈਲਪੁਰ ਜਾਂਗੇ ਹਿਸਟੋਰੀਅਨ ਕਲੱਬ ਵਿੱਚ ਸਰ। ਸ਼ਹੀਦ ਅਹਿਮਦ ਚੱਠਾ ਸਾਹਿਬ ਤੁਹਾਡਾ ਲਾਇਲਪੁਰ ਯੰਗ ਹਿਸਟੋਰੀਅਨ ਕਲੱਬਸ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਇਹ ਮੈਨੂੰ ਵਕਤ ਬੇਵਕਤ ਮੌਕਾ ਦਿੰਦੇ ਆ ਕੁਝ ਸਾਂਝਾਂ ਜਿਹੜੀਆਂ ਨੇ ਜਿਹੜੀਆਂ ਸਾਡੀ ਸੁਸਾਇਟੀ ਵਾਸਤੇ ਸਾਡੀ ਲੁਕਾਈ ਵਾਸਤੇ ਇਹ ਦੋਨਾਂ ਪਾਸੇ ਉਹ ਬੜੀਆਂ ਜ਼ਰੂਰੀ ਨੇ ਅਤੇ ਅਸੀਂ ਉਹ ਕਰਦੇ ਹਾਂ। ਅੱਜ ਦਾ ਜਿਹੜਾ ਸਾਡਾ ਵਿਸ਼ਾ ਆ ਇਹ ਅਸੀਂ ਗੱਲ ਕਰਾਂਗੇ ਇੱਕ ਐਸੇ ਸ਼ਖਸ ਦੇ ਉੱਤੇ ਜਿਸ ਨੇ ਆਪਣੀ ਜ਼ਿੰਦਗੀ ਦੇ 50 ਸਾਲ ਜਿਹੜੇ ਸੀ ਉਹ ਲੜਾਈ ਵਾਸਤੇ, ਗਰੀਬ ਗੁਰਬਾਂ ਵਾਸਤੇ ਔਰ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਉਹ ਲੇਖੇ ਲਾਏ। ਤਕਰੀਬਨ ਅੱਧੀ ਸਦੀ ਦੀ ਜ਼ਿੰਦਗੀ ਮੇਰੀ ਮੁਰਾਦ ਤੇਜਾ ਸਿੰਘ ਸੁਤੰਤਰ। ਮੈਂ ਇਹਨਾਂ ਦੀ ਜੀਵਨੀ, ਇਹਨਾਂ ਦਾ ਸੰਘਰਸ਼ ਤਿੰਨ ਹਿੱਸਿਆਂ 'ਚ ਇਹਨੂੰ ਮੈਂ ਰੱਖਿਆ ਵਾ। ਪਹਿਲੇ ਹਿੱਸੇ ਵਿੱਚ ਅਸੀਂ ਇਹਨਾਂ ਦੀ ਮੁੱਢਲੀ ਗੱਲ ਕਰਾਂਗੇ ਤਕਰੀਬਨ ਜਦੋਂ ਇਹਨਾਂ ਦੀ ਲਾਈਫ ਇੱਕ ਦੂਜੀ ਡਾਇਰੈਕਸ਼ਨ ਨੂੰ ਟਰਨ ਨਹੀਂ ਕਰਦੀ। ਉਸ ਤੋਂ ਦੂਜੇ ਹਿੱਸੇ ਵਿੱਚ ਅਸੀਂ ਗੱਲ ਕਰਾਂਗੇ ਕਿ ਉਹਨੂੰ ਇਹ ਪ੍ਰੈਕਟੀਕਲੀ ਕਿਵੇਂ ਆਪਣੇ ਆਪ ਨੂੰ ਮਕਬੂਲ ਕਰਦੇ ਉਸ ਸੰਘਰਸ਼ ਦਾ ਜਿਹੜਾ ਵਾ ਉਹਦਾ ਹਮਰਾਈ ਬਣਨ ਵਾਸਤੇ। ਔਰ ਤੀਸਰਾ ਔਰ ਸਭ ਤੋਂ ਜ਼ਰੂਰੀ ਜਿਹੜਾ ਹਿੱਸਾ ਲਾਸਟ ਹੋਏਗਾ ਉਹ ਹੋਏਗਾ ਕਿ ਇਹਨਾਂ ਦਾ ਜ਼ਿੰਦਗੀ ਸਭ ਤੋਂ ਵੱਡਾ ਸੰਘਰਸ਼ ਆ ਕਹਿੰਦੇ ਹਾਂ ਪੈਪਸੂਰੀ ਮੁਜ਼ਾਹਰਾ ਲਹਿਰ। ਸੋ ਆਪਾਂ ਸ਼ੁਰੂ ਕਰਦੇ ਹਾਂ। ਤੇਜਾ ਸਿੰਘ ਸੁਤੰਤਰ ਇਹ ਕੋਈ ਇਹਨਾਂ ਦਾ ਬਚਪਨ ਦਾ ਨਾਂ ਨਹੀਂ ਸੀ, ਇਹਨਾਂ ਦਾ ਬਚਪਨ ਦਾ ਨਾਂ ਸੀ ਸੁਮੰਤ ਸਿੰਘ ਔਰ ਇਹਨਾਂ ਦਾ ਜਨਮ ਜਿਹੜਾ ਉਹ 16 ਜੁਲਾਈ 1901 ਨੂੰ ਪਿੰਡ ਉਨਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੁੰਦਾ ਵਾ।
ਮੁੱਢਲੀ ਸਿੱਖਿਆ ਜਿਹੜੀ ਆ ਇਹਨਾਂ ਨੇ ਲਾਗਲੇ ਪਿੰਡ ਹਰਦੂਸ਼ਨੀ ਤੋਂ ਕੀਤੀ। ਉਸ ਤੋਂ ਅੱਗੇ ਇਹਨਾਂ ਨੇ ਹਾਈ ਸਕੂਲ ਇਹਨਾਂ ਦੇ ਪਿੰਡ ਤੋਂ ਕੋਈ 7 ਕਿਲੋਮੀਟਰ ਦੂਰ ਸੀ ਧਾਰੀਵਾਲ, ਉੱਥੋਂ ਇਹਨਾਂ ਨੇ ਉਹ ਪ੍ਰਾਪਤ ਕੀਤੀ। ਉਪਰੰਤ ਇਹਨਾਂ ਨੇ ਗਿਆਨੀ ਫਰਦਰ ਐਜੂਕੇਸ਼ਨ ਲਈ ਖਾਲਸਾ ਕਾਲਜ ਅੰਮ੍ਰਿਤਸਰ ਗਿਆਨੀ ਕਰਨ ਵਾਸਤੇ ਉੱਥੇ ਦਾਖਲਾ ਲਿਆ। ਬਹੁਤ ਜ਼ਿਆਦਾ ਦੁਨੀਆ ਦੇ ਇਤਿਹਾਸ ਵਿੱਚ ਬੜੀਆਂ ਐਸੀਆਂ ਹਸਤੀਆਂ ਨੇ ਕਿ ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਦਾ ਮੋੜਾ ਜਿਹੜਾ ਵਾ ਉਹ ਇਹ ਮੋੜ ਜਾਂ ਇੱਕ ਕੁਦਰਤਨ ਉਹਨਾਂ ਨੂੰ ਕੋਈ ਐਸੀ ਇਹ ਇੱਕ ਕੋਈ ਘਟਨਾਵਾਂ ਜਿਹੜੀਆਂ ਨੇ ਉਹਨਾਂ ਦਾ ਵੇਖਣਾ ਬਣਦਾ ਵਾ ਅਤੇ ਉਹਨਾਂ ਦੀ ਲਾਈਫ ਜਿਹੜੀ ਉੱਥੋਂ ਬਿਲਕੁਲ ਟਰਨ ਕਰ ਜਾਂਦੀ ਆ ਇੱਕ ਵੱਖਰੀ ਦਿਸ਼ਾ ਨੂੰ। ਇਹ ਤੇਜਾ ਸਿੰਘ ਸੁਤੰਤਰ ਨਾਲ ਹੋਈ। ਜਦੋਂ ਸੁਤੰਤਰ ਹੁਰੀ ਗਿਆਨੀ ਦੀ ਬੇਸਿਕ ਪੜ੍ਹਾਈ ਕਰਕੇ ਲਾਹੌਰ ਇਮਤਿਹਾਨ ਦੇਣ ਲਈ ਜਾਂਦੇ ਆ ਅਤੇ ਠੀਕ ਉਹਨਾਂ ਦਿਨਾਂ ਦੇ ਵਿੱਚ ਜਲ੍ਹਿਆਂਵਾਲੇ ਬਾਗ ਦਾ ਕਾਂਡ ਜਿਹੜਾ 13 ਅਪ੍ਰੈਲ 1919 ਨੂੰ ਵਾਪਰਦਾ। ਆਪਾਂ ਸਾਰੇ ਜਾਣਦੇ ਹਾਂ ਕਿ ਜਲ੍ਹਿਆਂਵਾਲੇ ਬਾਗ ਦਾ ਕਾਂਡ ਆ ਉਹ ਜਨਰਲ ਡਾਇਰ ਨੇ ਉਹ ਵਰਤਾ ਕਿਵੇਂ ਵਰਤਾਇਆ, ਕਿਉਂਕਿ ਮਾਰਚ 1919 ਦੇ ਵਿੱਚ ਲੈਫਟੀਨੈਂਟ ਗਵਰਨਰ ਮਾਈਕਲ ਉਡਵਾਇਰ ਪੰਜਾਬ ਦਾ ਜੋ ਸੀ ਉਹਨੇ ਪੰਜਾਬ ਦੇ ਵਿੱਚ ਮਾਰਸ਼ਲ ਲਾ ਸੀ। ਮਾਰਸ਼ਲ ਲਾ ਇਸ ਕਰਕੇ ਲਾਇਆ ਸੀ ਕਿ ਰੋਲ ਜਿਹੜਾ ਉਹ ਇੱਕ ਕਾਨੂੰਨ ਬਣ ਚੁੱਕਾ ਸੀ ਔਰ ਉਹਦੇ ਖਿਲਾਫ ਸਮੁੱਚੇ ਪੰਜਾਬ ਦੇ ਵਿੱਚ ਖਾਸ ਕਰਕੇ ਬੜੇ ਵੱਡੇ ਅੰਦੋਲਨ ਤੇ ਬੜੇ ਬੜੇ ਵੱਡੇ ਵਿਦਰੋਹ ਹੋ ਰਹੇ ਸੀ। ਉਹਦੇ ਹੀ ਸੰਬੰਧ ਵਿੱਚ ਬੜਾ ਵੱਡਾ ਮੁਜ਼ਾਹਰਾ ਜਿਹੜਾ ਸੀ ਇਹ ਜਲ੍ਹਿਆਂਵਾਲੇ ਚ ਹੋਇਆ ਸੀ। ਜਲ੍ਹਿਆਂਵਾਲੇ ਬਾਗ ਦੇ ਇਸ ਅੰਦੋਲਨ ਨੂੰ ਇਸ ਜਲਸੇ ਜਲੂਸ ਨੂੰ ਡਾਕਟਰ ਉਦੀਨ ਕਿਚਲੂ ਔਰ ਡਾਕਟਰ ਸਤਿਆਪਾਲ ਉਹ ਲੀਡ ਕਰ ਰਹੇ ਸੀ। ਲੇਕਿਨ ਪਹਿਲਾਂ ਇਹਨਾਂ ਨੂੰ ਫੜ ਲਿਆ ਗਿਆ, ਫੜ ਕੇ ਇਹਨਾਂ ਨੂੰ ਹਿਮਾਚਲ ਉਦੋਂ ਹਿਮਾਚਲ ਖੈਰ ਜੋ ਇਹ ਪੰਜਾਬ ਦਾ ਹਿੱਸਾ ਸੀ ਇਹਨਾਂ ਨੂੰ ਕਾਂਗੜੇ ਭੇਜ ਦਿੱਤਾ ਗਿਆ ਔਰ ਉਹਦੇ ਪ੍ਰੋਟੈਸਟ ਵਿੱਚ ਫਿਰ ਜਿਹੜਾ ਇਹ ਰੋਸ ਇਹ ਹੋਇਆ ਔਰ ਇਹ ਜਲ੍ਹਿਆਂਵਾਲੇ ਬਾਗ ਦੇ ਵਿੱਚ ਜਨਰਲ ਡਾਇਰ ਨੇ ਜਿਹੜੀਆਂ ਉੱਥੇ ਗੋਲੀ ਦਾ ਹੁਕਮ ਦਿੱਤਾ ਉਹਦੇ ਕੁੱਲ 10 ਮਿੰਟ ਗੋਲੀਆਂ ਚੱਲੀਆਂ ਅਤੇ ਗੋਲੀਆਂ ਦੀ ਗਿਣਤੀ 50 ਦੇ ਵਿੱਚ ਇਹ ਵੱਖ ਵੱਖ ਧਿਰਾਂ ਦੇ ਵੱਖ ਵੱਖ ਐਸਟੀਮੇਟ ਆ ਵੀ ਕਿੰਨੇ ਲੋਕ ਮਾਰੇ ਗਏ ਕਿੰਨੇ ਜ਼ਖਮੀ ਹੋਏ। ਜਿਵੇਂ ਕੋਈ ਇਹ ਕਹਿੰਦਾ ਕਿ 789 ਮਾਰੇ ਗਏ 2000 ਜ਼ਖਮੀ ਹੋਏ। ਕਾਂਗਰਸ ਵਾਲੇ ਉਸ ਸਮੇਂ ਕਹਿੰਦੇ ਸੀ 1000 ਮਾਰਿਆ ਗਿਆ 1500 ਜ਼ਖਮੀ ਹੋਏ। ਲੇਕਿਨ ਬੜੀ ਇੱਕ ਅਜੀਬ ਗੱਲ ਕਿ ਇੱਕ ਗੋਰਾ ਡਾਕਟਰ ਅੰਮ੍ਰਿਤਸਰ ਡਾਕਟਰ ਸਮਿਥ ਉਹਦੇ ਅਨੁਸਾਰ 1526 ਲੋਕ ਮਰੇ ਸੀ। ਇਹ ਜਿਹੜਾ ਵਰਤਾਰਾ ਇਸ ਵਰਤਾਰੇ ਨੇ ਕੁਝ ਦਿਨ ਬਾਅਦ ਲਾਹੌਰ ਤੋਂ ਜਦੋਂ ਤੇਜਾ ਸਿੰਘ ਸੁਤੰਤਰ ਜਲ੍ਹਿਆਂਵਾਲੇ ਬਾਗ ਆਉਂਦੇ ਨੇ ਤੇ ਉਦੋਂ ਫਿਰ ਉਹਨਾਂ ਨੇ ਜਿਹਨੂੰ ਕਹਿੰਦੇ ਅਕਲੀ ਕਿ ਹੁਣ ਮੈਂ ਗੋਰੇ ਸਾਮਰਾਜ ਦੇ ਉਲਟਾਂਗਾ ਤੇ ਮੁਲਕ ਨੂੰ ਯਾਦ ਕਰਾਉਣ ਲਈ ਆਪਣੀ ਜ਼ਿੰਦਗੀ ਲਿਖਾਵਾਂਗਾ। ਬਿਲਕੁਲ ਉਸੇ ਹੀ ਤਰ੍ਹਾਂ ਜਿਵੇਂ ਊਧਮ ਸਿੰਘ ਨੇ ਜਲ੍ਹਿਆਂਵਾਲੇ ਬਾਗ ਵਿਖੇ ਸਹੁੰ ਖਾਲੀ ਸੀ ਕਿ ਮੈਂ ਵੀ ਬਦਲਾ ਲਵਾਂਗਾ ਔਰ ਠੀਕ 20 ਸਾਲ ਦੇ ਇੰਤਜ਼ਾਰ ਤੋਂ ਬਾਅਦ ਊਧਮ ਸਿੰਘ ਨੇ ਜਨਰਲ ਡਾਇਰ ਨੂੰ ਜਿਹੜਾ ਉਹ ਲੰਡਨ ਜਾ ਕੇ ਇਹ ਬਦਲਿਆ ਸੀ। ਇੱਥੇ ਅਸੀਂ ਇਹ ਗੱਲ ਕਰਦੇ ਹਾਂ ਕਿ ਜਦੋਂ ਇਹ ਭਾਣਾ ਵਰਤਦਾ ਵਾ ਉਦੋਂ ਅੰਮ੍ਰਿਤਸਰ ਖਾਸ ਕਰਕੇ ਪੰਜਾਬ ਦੇ ਵਿੱਚ ਤੇ ਖਾਸ ਕਰਕੇ ਅੰਮ੍ਰਿਤਸਰ, ਕਿਉਂਕਿ ਅੰਮ੍ਰਿਤਸਰ ਜਿਹੜਾ ਬਾਬਿਆਂ ਦਾ ਬੜਾ ਇੱਕ ਸੈਂਟਰ ਸੀ, ਉੱਥੇ ਇਹ ਗਦਰੀਆਂ ਦਾ ਬੜਾ ਗੜ ਸੀਗਾ ਜਿਹੜੇ ਪੁਰਾਣੇ ਗਦਰੀ, ਕਿਉਂਕਿ ਗਦਰ ਮੂਵਮੈਂਟ ਹੁਣ ਤੱਕ ਤਕਰੀਬਨ ਉਹ ਫੇਲ ਹੋ ਚੁੱਕੀ ਸੀ। ਬਹੁਤਿਆਂ ਨੂੰ ਫਾਂਸੀ ਲੱਗ ਚੁੱਕੀ ਸੀ, ਬਾਕੀਆਂ ਨੂੰ ਫੜ ਕੇ ਕਾਲੇ ਪਾਣੀ ਭੇਜ ਦਿੱਤਾ ਗਿਆ ਸੀ। ਲੇਕਿਨ ਅਜੇ ਵੀ ਵੱਖ ਵੱਖ ਗਰੁੱਪ ਜਿਹੜੇ ਉਹ ਕੰਮ ਕਰ ਰਹੇ ਸੀ। ਠੀਕ
ਕਿਸੇ ਮੌਕੇ ਤੇ ਤੇਜਾ ਸਿੰਘ ਸੁਤੰਤਰ ਦੇ ਪਿਤਾ ਦੇਸਾ ਸਿੰਘ ਜਿਹੜੇ ਉਦੋਂ ਆਰਮੀ ਦੇ ਵਿੱਚ ਸੀ, ਬ੍ਰਿਟਿਸ਼ ਆਰਮੀ 'ਚ, ਐਕਸਕਿਊਜ਼ ਮੀ ਉਹਨਾਂ ਨੇ ਵੀ ਗੁਰਾਇਆ ਆਪਣਾ ਸਾਹਿਬ, ਰਿਜ਼ਾਈਨ ਦਿੱਤਾ ਸੀ। ਗੁਰਾਇਆ ਸਾਹਿਬ ਤੁਹਾਡਾ ਮੋਬਾਈਲ ਆਈ ਥਿੰਕ ਲਾਗੇ ਪਿਆ ਵੇ ਤੁਹਾਡੇ ਲੈਪਟਾਪ ਦੇ, ਜਿਹਦੀ ਵਜ੍ਹਾ ਤੋਂ ਨਾ ਥੋੜੀ ਆਵਾਜ਼ ਦੀ ਪ੍ਰੋਬਲਮ ਆ ਰਹੀ ਹੈ। ਲੈਪਟਾਪ ਦੇ ਲਾਗੇ ਮੋਬਾਈਲ ਤੇ ਨਹੀਂ ਪਿਆ? ਜੀ ਜੀ ਸਹੀ, ਗੁਰਾਇਆ ਸਾਹਿਬ ਦੁਬਾਰਾ ਸਾਡੇ ਨਾਲ ਕਨੈਕਟ ਹੁੰਦੇ ਨੇ। ਹਾਂਜੀ, ਹੁਣ ਚੱਠਾ ਸਾਹਿਬ ਕਿਵੇਂ ਆ? ਹਾਂਜੀ ਜੀ ਗੁਰਾਇਆ ਸਾਹਿਬ ਜੀ, ਸਰ ਠੀਕ ਹੈ। ਅੱਛਾ ਠੀਕ ਆ। ਔਰ ਜਦੋਂ ਸੁਤੰਤਰ ਹੋਣ ਵਾਲੇ ਬਾਗ ਕਾਂਡ ਦਾ ਹਾਲ ਵੇਖਿਆ ਔਰ ਉਹਨਾਂ ਨੇ ਫੈਸਲਾ ਕਰ ਲਿਆ ਮੈਂ ਜ਼ਿੰਦਗੀ ਦੇਸ਼ ਤੇ ਲੇਖੇ ਲਾਵਾਂਗਾ, ਠੀਕ ਇਸੇ ਸਮੇਂ ਇਹਨਾਂ ਦੇ ਫੌਜ ਵਿੱਚੋਂ ਇਹ ਮਤਲਬ ਇਹ ਨਾਂ ਕਟਾ ਕੇ ਆ ਗਏ ਸੀ, ਕਿਉਂਕਿ ਉਹ ਖੁਦ ਵੀ ਬੜੇ ਦੁਖੀ ਸੀਗੇ ਜੋ ਉਸ ਸਮੇਂ ਇਹ ਬ੍ਰਿਟਿਸ਼ ਸਾਮਰਾਜ ਜਿਹੜਾ ਵਾ ਉਹ ਇੰਡੀਅਨ ਲੋਕਾਂ ਤੇ ਕਰ ਰਿਹਾ ਸੀ। ਤਾਂ ਇਹਨਾਂ ਨੇ ਗਦੇ ਪ੍ਰਚਾਰ ਲਈ ਅੰਮ੍ਰਿਤਸਰ ਇਹਦੇ ਲਾਗੇ ਚਾ ਕੰਮ ਕਰਨਾ ਜਿਹੜਾ ਸ਼ੁਰੂ, ਸੋ ਇਹ ਕਿਸਮ ਦਾ ਸੁਤੰਤਰ ਵਾਸ ਐਜੂਕੇਸ਼ਨਲ ਪੀਰੀਅਡ ਸੀ ਕਿ ਉਹ ਆਉਣ ਵਾਲੇ ਸੰਘਰਸ਼ ਲਈ ਆਪਣੇ ਆਪ ਨੂੰ ਕਿਵੇਂ ਉਹ ਨਵੀਂ ਓਰੀਐਂਟੇਸ਼ਨ ਦੇ ਰਹੇ ਨੇ। ਠੀਕ ਤਕਰੀਬਨ ਗੱਲ ਬਾਅਦ ਨਨਕਾਣਾ ਸਾਹਿਬ ਸਾਕਾ ਵਰਤਦਾ ਵਾ, ਗੁਰੂ ਨਾਨਕ ਜਨਮ ਸਥਾਨ ਜਿਸ ਨੂੰ ਅਸੀਂ ਰਾਏ ਭੋਏ ਦੀ ਤਲਵੰਡੀ ਇਹ ਉਪਰਾਣਾ ਨਾਮ ਸੀ ਜਿਹੜਾ, ਔਰ ਇਸ 17,695 ਏਕੜ ਜ਼ਮੀਨ ਰਾਏ ਭੋਏ ਰਾਏ ਬਲਾਰ ਹੁਰਾਂ ਨੇ ਗੁਰੂ ਨਾਨਕ ਸਾਹਿਬ ਦੇ ਨਾਂ ਕਰਤੀ ਸੀ। ਤੇ ਕਿਉਂਕਿ ਚੜ੍ਹਤ ਚੜ੍ਹਾਅ ਬਹੁਤ ਜ਼ਿਆਦਾ ਸੀ, ਇੱਕ ਵੱਡਾ ਆਮਦਨ ਦਾ ਸਾਧਨ ਸੀਗਾ, ਤੇ ਮਹੰਤ ਨਾਰਾਇਣ ਦਾਸ ਗੋਰਿਆਂ ਵੱਲੋਂ ਥਾਪਿਆ ਇੱਕ ਮਸੰਦ ਉਹਦਾ ਇੰਚਾਰਜ ਸੀ। ਉੱਥੇ ਵੀ ਬਹੁਤ ਜ਼ਿਆਦਾ ਉਹ ਜ਼ੁਲਮ ਸਿਤਮ ਕਰਦਾ ਸੀ, ਲੁੱਟ ਸੁੱਟ ਕਰਦਾ ਸੀ, ਔਰ ਉੱਥੇ ਫਿਰ ਉਸ ਗੁਰਦੁਆਰੇ ਨੂੰ ਆਜ਼ਾਦ ਕਰਾਉਣ ਵਾਸਤੇ ਉੱਥੇ 20 ਫਰਵਰੀ 1921 ਨੂੰ ਇੱਕ ਸਿੱਖ ਜਥਾ ਜਾਂਦਾ ਵਾ। ਉੱਥੇ ਮਹੰਤ ਦੇ ਜਿਹੜੇ ਪਾਏ ਦੇ ਗੁੰਡੇ ਬਾਡੀਗਾਰਡ ਸੀ ਉਹ 130 ਸਿੱਖਾਂ ਨੂੰ ਸ਼ਹੀਦ ਕਰਦੇ, ਔਰ ਅਖੀਰ ਸਿੱਖਾਂ ਦਾ ਵਿਦਰੋਹ ਵੇਖ ਕੇ ਲਾਹੌਰ ਦਾ ਕਮਿਸ਼ਨਰ CM ਕਿੰਗ ਜਿਹੜਾ ਵਾ ਅਖੀਰ ਤੇ ਉਹ ਨਾਰਾਇਣ ਦਾਸ ਤੋਂ ਚਾਬੀਆਂ ਲੈ ਕੇ ਤੇ ਸਿੱਖ ਲੀਡਰਸ਼ਿਪ ਦੇ ਹਵਾਲੇ ਕਰਦਾ। ਹੁਣ ਹੋਰ ਵੀ ਬਹੁਤ ਜ਼ਿਆਦਾ ਸਿੱਖਾਂ ਦੇ ਰਿਲੀਜੀਅਸ ਗੁਰਦੁਆਰੇ ਸੀਗੇ ਤੇ ਵੱਖ ਵੱਖ ਮਹੰਤਾਂ ਦੇ ਅਧੀਨ ਸੀ। ਸੋ ਸੁਤੰਤਰ ਹੋਣ ਸੁਤੰਤਰ ਜਥਾ ਬਣਾਇਆ ਤਾਂ ਕਿ ਅਸੀਂ ਬਾਕੀ ਵੀ ਗੁਰਦੁਆਰੇ ਜਿਹੜੇ ਆ ਇਹਨਾਂ ਲੋਕਾਂ ਤੋਂ ਇਹ ਫਰੀ ਕਰਾਈਏ। ਉਹ ਸੁਤੰਤਰ ਜਥਾ ਜਿਹੜਾ ਸੀ ਉਹ ਫਿਰ ਤੇਜਾ ਸਿੰਘ ਸੁਤੰਤਰ ਇੱਕ ਪਿੰਡ ਫਤਿਹਗੜ੍ਹ ਚੂੜੀਆਂ ਲਾਗੇ ਆ ਤੇਜਾ ਭੀੜਾ, ਇਹਨਾਂ ਨੇ ਤੇਜੇ ਭੀੜੇ ਦਾ 6 ਸਤੰਬਰ 1921 ਨੂੰ ਆਜ਼ਾਦ ਕਰਾਇਆ। ਇਹਨਾਂ ਦਾ ਮੁੱਢਲਾ ਨਾਮ ਜਿਵੇਂ ਮੈਂ ਦੱਸਿਆ ਉਹ ਸਮੁੰਦ ਸਿੰਘ ਸੀ, ਲੇਕਿਨ ਇਹਨਾਂ ਨੇ ਸੁਤੰਤਰ ਜਥਾ ਬਣਾਇਆ ਤੇ ਪਿੰਡ ਤੇਜੇ ਦਾ ਗੁਰਦੁਆਰਾ ਇਹਨਾਂ ਫਰੀ ਕਰਾਇਆ ਸੀ। ਸੋ ਤੇਜਾ ਗੁਰਦੁਆਰੇ ਤੋਂ ਇਹਨਾਂ ਦਾ ਨਾਂ ਤੇਜਾ ਤੇ ਸਿੰਘ ਸੀ ਤੇ ਸੁਤੰਤਰ ਜਥੇ ਦਾ ਨਾਂ, ਔਰ ਇਹਨਾਂ ਦਾ ਨਾਂ ਲੋਕਾਂ ਨੇ ਇਹਨਾਂ ਨੂੰ ਇੱਕ ਨਵਾਂ ਦਿੱਤਾ ਇਹ ਤੇਜਾ ਸਿੰਘ ਸੁਤੰਤਰ। ਤੇ ਸੋ ਹੁਣ ਅਸੀਂ ਉਸ ਤੇਜਾ ਸਿੰਘ ਸੁਤੰਤਰ ਦੀ ਉਹ ਗੱਲ ਕਰ ਰਹੇ ਹਾਂ। ਇਸ ਤੋਂ ਅੱਗੇ ਗੁਰੂ ਕੇ ਬਾਗ ਦਾ ਮੋਰਚਾ ਲੱਗਾ 1921 ਵਿੱਚ, ਉੱਥੇ ਵੀ ਇਹਨਾਂ ਨੇ ਹਿੱਸਾ ਲਿਆ। ਇਹ ਸਾਰਾ ਕੁਝ ਜਿਹੜਾ ਵਰਤਾਰਾ ਇੱਕ ਇਹਨਾਂ ਵਾਸਤੇ ਇੱਕ ਬਿਲਕੁਲ ਇੱਕ ਵੱਖਰੀ ਕਿਸਮ ਦਾ ਤਜਰਬਾ ਸੀਗਾ, ਨਾਲ ਨਾਲੇ ਪ੍ਰਚਾਰ ਵੀ ਕਰਦੇ, ਪੜ੍ਹਾਈ ਵੀ ਕਰਦੇ ਤੇ ਲੋਕਾਂ ਵਿੱਚ ਇਹ ਵਿਚਰਦੇ। ਹੁਣ ਇਹਨਾਂ ਨੇ ਪਹਿਲੀ ਜਿਹੜੀ ਉਸ ਸਮੇਂ ਜਿਹੜੇ ਇਨਕਲਾਬੀ ਸੀਗੇ ਅੰਮ੍ਰਿਤਸਰ ਦੇ ਵਿੱਚ, ਉਹਨਾਂ ਨੇ ਖਾਸ ਕਰਕੇ ਉਹਨਾਂ ਵਿੱਚ ਅਕਾਲੀ ਦਲ RLD ਵਿੱਚ ਆ ਚੁੱਕਾ ਸੀ, ਉਹਨਾਂ ਵੱਲੋਂ ਜਿਹੜਾ ਵਾ ਇਹਨਾਂ ਦੀ ਜ਼ਿੰਮੇਵਾਰੀ ਲਾਈ ਗਈ ਕਿ ਇਹ ਬਾਬਾ ਗੁਰਮੁਖ ਸਿੰਘ ਜਿਹੜੇ ਨੇ ਉਹਨੂੰ ਇਹ ਕਾਬਲ ਅਫਗਾਨਿਸਤਾਨ ਲੈ ਕੇ ਜਾਣ। ਤੇ ਠੀਕ ਇਹਨਾਂ ਨੇ ਮਾਰਚ 1923 ਨੂੰ ਇੱਕ ਅਫਗਾਨੀ ਭੇਸ ਦੇ ਵਿੱਚ
ਬਾਬਾ ਗੁਰਮੁਖ ਸਿੰਘ ਮੁਸਾਫਰ ਜਿਹੜਾ ਵਾ ਉਹਨਾਂ ਨੂੰ ਕਾਬਲ ਅਫਗਾਨਿਸਤਾਨ ਪਹੁੰਚਾਇਆ। ਇਹ ਇਸ ਤਰੀਕੇ ਨਾਲ ਇਹਨਾਂ ਨੇ ਜ਼ਿੰਦਗੀ ਦਾ ਜਿਹੜਾ ਸਫ਼ਰ ਆ ਪੰਜਾਬ ਤੋਂ ਹੌਲੀ ਹੌਲੀ ਬਾਹਰ ਜਾ ਕੇ ਸ਼ੁਰੂ ਕੀਤਾ। ਅਫਗਾਨਿਸਤਾਨ ਇਹ ਦੱਸਦੇ ਜਾਈਏ ਕਿ ਅਫਗਾਨਿਸਤਾਨ ਨੇ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਡਾਇਰੈਕਟਲੀ ਐਂਡ ਇਨਡਾਇਰੈਕਟਲੀ ਬਹੁਤ ਵੱਡਾ ਹਿੱਸਾ ਪਾਇਆ, ਕਿਉਂਕਿ ਉਸ ਸਮੇਂ ਜਿਹੜਾ ਅਫਗਾਨਿਸਤਾਨ ਦੇ ਵਿੱਚ ਜਿਹੜਾ ਉਹ ਵਰਤਾਰਾ ਸੀਗਾ ਉਹ ਬੜਾ ਵਧੀਆ ਸੀ, ਕਿਉਂਕਿ ਅਮਾਨ ਅਮਾਨ ਖਾਂ ਜਿਹੜੇ ਸੀ ਉੱਥੋਂ ਦੇ ਪ੍ਰੈਜੀਡੈਂਟ ਉਹ ਅੰਗਰੇਜ਼ਾਂ ਦੇ ਬੜੇ ਕੱਟੜ ਵਿਰੋਧੀ ਸੀਗੇ ਔਰ ਉਹਨਾਂ ਦਾ ਨਾਂ ਸੀਗਾ ਅਮਾਨ ਉੱਲਾ। ਉਹਨਾਂ ਨੇ ਇਨਕਲਾਬੀ ਜੋ ਪੰਜਾਬ ਤੋਂ ਜਾਂਦੇ ਸੀ ਉਹਨਾਂ ਦੀ ਬਹੁਤ ਜ਼ਿਆਦਾ ਮਦਦ ਕੀਤੀ। ਸੋ ਇਸੇ ਤਰ੍ਹਾਂ ਹੌਲੀ ਹੌਲੀ ਫਖਰੀ ਪਾਤਸ਼ਾਹ ਤੁਰਕੀ ਦੇ ਅੰਬੈਸਡਰ ਸੀ ਜਿਹੜੇ ਉਸ ਸਮੇਂ ਅਫਗਾਨਿਸਤਾਨ ਦੇ ਵਿੱਚ, ਉਹਨਾਂ ਦੇ ਰਸ਼ੀਆ ਦੇ ਨਾਲ ਔਰ ਉਹਨਾਂ ਦੇ ਹਿੰਦੁਸਤਾਨ ਦੇ ਇਨਕਲਾਬੀਆਂ ਨਾਲ ਵੀ ਚੰਗੇ ਸੰਬੰਧ ਸੀ। ਉਸ ਸਮੇਂ ਗਦਰ ਪਾਰਟੀ ਦੇ ਜਿਹੜੇ ਤਿੰਨ ਕੇਂਦਰ ਸੀ, ਪਹਿਲਾ ਕੇਂਦਰ ਸੀਗਾ ਸੈਨ ਫਰਾਂਸਿਸਕੋ ਦਾ, ਦੂਸਰਾ ਸੀਗਾ ਕਾਬਲ ਜਿਸ ਨੂੰ ਸਰ ਬਰਕਤ ਉੱਲਾ ਖਾਂ ਸਾਹਿਬ ਚਲਾ ਰਹੇ ਸੀ, ਤੀਸਰਾ ਸੀ ਅੰਮ੍ਰਿਤਸਰ। ਇੱਥੇ ਇੱਕ ਕਿਰਤੀ ਪੇਪਰ ਜਿਹੜਾ ਸੀ ਉਹ ਛਪਦਾ ਸੀ ਔਰ ਉਹ ਕਿਰਤੀ ਪੇਪਰ ਇੱਕ ਕਿਸਮ ਦਾ ਇਨਕਲਾਬੀਆਂ ਦੀ ਇੱਕ 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 ਸਪੋਕਸ ਬਾਡੀ ਬਣਿਆ ਹੋਇਆ ਸੀ ਔਰ ਉਹਦੇ ਨਾਲ ਲੋਕਾਂ ਵਿੱਚ ਪ੍ਰਚਾਰ ਹੋ ਰਿਹਾ ਸੀ। ਬਰਕਤ ਉੱਲਾ ਪ੍ਰੋਫੈਸਰ ਔਰ ਲੈਨਨ ਇਹਨਾਂ ਦੇ ਆਪਸ ਵਿੱਚ ਸੀਗੇ। ਬਰਕਤ ਉੱਲਾ ਦੀ ਮਿਹਨਤ ਸਦਕਾ ਭਾਈ ਰਤਨ ਸਿੰਘ ਤੇ ਭਾਈ ਸੰਤੋਖ ਸਿੰਘ ਉਦੋਂ ਰਸ਼ੀਆ ਜਾਂਦੇ ਨੇ ਔਰ ਨਾਲ ਹੀ ਫਖਰੀ ਪਾਤਸ਼ਾਹ ਤੁਰਕੀ ਦਾ ਤੁਰਕੀ ਦਾ ਜਿਹੜਾ ਜਨਰਲ ਫਖਰੀ ਪਾਤਸ਼ਾਹ, ਕਿਉਂਕਿ ਉਹ ਅੰਬੈਸਡਰ ਸੀਗਾ ਅਫਗਾਨਿਸਤਾਨ ਦੇ ਵਿੱਚ, ਉਹਦੇ ਵੀ ਰਸ਼ੀਆ ਨਾਲ ਬੜੇ ਚੰਗੇ ਸੰਬੰਧ ਸੀਗੇ ਔਰ ਇਸ ਤੋਂ ਅੱਗੇ ਫਖਰੀ ਪਾਤਸ਼ਾਹ ਜਿਹੜਾ ਉਹ ਸੁਤੰਤਰ ਹੋਰਾਂ ਦੀ ਕਿਵੇਂ ਮਦਦ ਕਰਦਾ ਉਹ ਅਸੀਂ ਥੋੜ੍ਹੇ ਚਿਰਾਂ ਬਾਅਦ ਤੁਹਾਨੂੰ ਦੱਸਾਂਗੇ। ਹੁਣ ਫੈਸਲਾ ਇਹ ਹੋਇਆ ਕਿ ਹਿੰਦੁਸਤਾਨ ਦੀ ਜਿਹੜੀ ਹਥਿਆਰਬੰਦ ਇਹ ਜੰਗ ਆ ਇਸ ਨੂੰ ਹੋਰ ਵਧੀਆ ਤਰੀਕੇ ਨਾਲ ਚਲਾਉਣ ਲਈ ਸਾਨੂੰ ਚੰਗੀ ਮਿਹਨਤ ਚਾਹੀਦੀ ਆ, ਆਰਮੀ ਦੀ ਟ੍ਰੇਨਿੰਗ ਗਰੀਲਾ ਟ੍ਰੇਨਿੰਗ ਚਾਹੀਦੀ ਆ ਔਰ ਇਸ ਉੱਤੇ ਚੱਲਦਿਆਂ ਭਾਈ ਰਤਨ ਸਿੰਘ ਸੰਤੋਖ ਸਿੰਘ ਤੇ ਮਾਸਟਰ ਊਧਮ ਸਿੰਘ ਹੋਰਾਂ ਨੇ ਫੈਸਲਾ ਕੀਤਾ ਕਿ ਤੇਜਾ ਸਿੰਘ ਸੁਤੰਤਰ ਜਿਹੜਾ ਇਹਨਾਂ ਨੂੰ ਤੁਰਕੀ ਵਿੱਚ ਭੇਜਿਆ ਜਾਵੇ। ਤੁਰਕੀ ਕਿਉਂ ਚੁਣਿਆ ਗਿਆ? ਕਿਉਂਕਿ ਤੁਰਕੀ ਵੀ ਉਸ ਸਮੇਂ ਉਲਟ ਸੀ ਔਰ ਤੁਰਕੀ ਦਾ ਜਿਹੜਾ ਸੀ ਉਸ ਸਮੇਂ ਇਸਮਤ ਇਨਾਨੂ ਮੁਸਤਫਾ ਉਹ ਵੀ ਜਿਹੜਾ ਸੀ ਜਿਹੜਾ ਉਹ ਬੜਾ ਹਮਦਰਦ ਸੀ ਖਾਨ ਦੇ ਇਨਕਲਾਬੀ ਜੋ ਆਜ਼ਾਦੀ ਵਾਸਤੇ ਲੜ ਰਹੇ ਸੀ ਔਰ ਫਖਰੀ ਪਾਤਸ਼ਾਹ ਨੇ ਇੱਕ ਸੁਤੰਤਰ ਹੋਣਾ ਨੂੰ ਚਿੱਠੀ ਆਪਣੇ ਟਰਕੀ ਦੇ ਪ੍ਰੈਜੀਡੈਂਟ ਦੇ ਨਾਂ ਲਿਖੀ ਔਰ ਸੁਤੰਤਰ ਹੋਰਾਂ ਨੂੰ ਇੱਕ ਵੱਖਰੇ ਭੇਸ ਦੇ ਵਿੱਚ ਵੱਖਰੇ ਨਾਂ ਹੇਠ, ਨਾਂ ਸੀ ਆਜ਼ਾਦ ਬੇਗ, ਇਹਨਾਂ ਨੂੰ ਤੁਸੀਂ ਭੇਜਿਆ। ਇੱਥੇ ਇੱਕ ਮੈਂ ਗੱਲ ਹੋਰ ਦੱਸਦਾ ਜਾਵਾਂ ਜਿਹੜੀ ਬਹੁਤ ਸ਼ਾਇਦ ਲੋਕਾਂ ਨੂੰ ਪਤਾ ਹੋਵੇਗਾ। ਇਹ ਤੁਰਕੀ ਦਾ ਹੀ ਦਿਓਬੰਦੀ ਇੱਕ ਲੀਡਰ ਸੀ, ਤੁਰਕੀ ਗਵਰਨਮੈਂਟ ਦੀ ਸਹਾਇਤਾ ਨਾਲ ਇੱਕ ਸਿਲਕ ਲੈਟਰ ਮੂਵਮੈਂਟ ਜਿਹਨੂੰ ਕਹਿੰਦੇ ਆ ਰੇਸ਼ਮੀ ਰੁਮਾਲ ਲਹਿਰ ਚੱਲੀ ਸੀ ਉਸ ਸਮੇਂ, ਕਿਉਂਕਿ ਅੰਗਰੇਜ਼ ਇੰਟੈਲੀਜੈਂਸ ਨੂੰ ਧੋਖੇ ਵਿੱਚ ਰੱਖਣ ਲਈ ਉਹਨਾਂ ਤੋਂ ਆਪਣੇ ਆਪ ਨੂੰ ਆਪਣੇ ਬਚਾਅ ਵਾਸਤੇ ਇੱਕ ਕੱਪੜੇ ਦੇ ਉੱਤੇ ਰੇਸ਼ਮ ਦੀ ਕਢਾਈ ਕਰਕੇ ਤੇ ਸੁਨੇਹਾ ਪੱਤੇ ਅੱਗੇ ਪਿੱਛੇ ਕਰਨੇ, ਇਹ ਮੂਵਮੈਂਟ ਜਿਹੜੀ ਆ 1913 ਤੋਂ ਲੈ ਕੇ 1920 ਤੱਕ ਚੱਲੀ ਸੀ। ਬਹਾਲ ਕੁਝ ਲੀਡਰ ਇਹਨਾਂ ਦੇ ਫੜੇ ਗਏ ਜਿਹਦੇ ਕਰਕੇ ਮੂਵਮੈਂਟ ਜ਼ਿਆਦਾ ਲੰਮਾ ਸਮਾਂ ਨਾ ਚੱਲ ਸਕੀ। ਹੁਣ ਇੱਥੇ ਦੱਸਦੇ ਜਾਈਏ ਕਿ ਸੁਤੰਤਰ ਹੁਰੀ ਜਿਹੜੇ ਆ 1924 ਤੋਂ 1929 ਨਵੰਬਰ ਤੱਕ ਇਹ ਇਹਨਾਂ ਨੇ ਆਰਮੀ ਦੀ ਟ੍ਰੇਨਿੰਗ ਲਈ, ਨਾਲ ਨਾਲ ਗਰੀਲਾ ਟ੍ਰੇਨਿੰਗ ਲਈ ਔਰ ਕਮਾਲ ਦੀ ਗੱਲ ਇਹ ਕਿ ਇਹਨਾਂ ਨੇ ਐਡੀ ਸੋਹਣੇ ਤਰੀਕੇ ਨਾਲ ਟ੍ਰੇਨਿੰਗ ਲਈ, ਇੰਨੀ ਵਧੀਆ ਇੰਨੇ ਕੁਆਲੀਫਾਈਡ ਤਰੀਕੇ ਨਾਲ ਇਹ ਮਤਲਬ ਇਹਨਾਂ ਨੇ ਆ ਲੈਫਟੀਨੈਂਟ ਦਾ ਔਰ ਤੁਰਕੀ ਦਾ ਜਨਰਲ ਸੀ
ਚਾਕਮਕ ਪਾਤਸ਼ਾਹ ਉਹਨੇ ਸੁਤੰਤਰ ਨੂੰ ਆਰਮੀ ਆਫਿਸਰ ਆਪਣੀ ਆਰਮੀ 'ਚ ਰੱਖਣ ਲਈ ਇੱਕ ਆਫਰ ਵੀ ਕੀਤੀ। ਸੁਤੰਤਰ ਹੋਰਾਂ ਕਿਹਾ ਕਿ ਨਹੀਂ, ਮੈਂ ਆਪਣੇ ਮੁਲਕ ਜਾ ਕੇ ਆਪਣੇ ਆਜ਼ਾਦੀ ਵਾਸਤੇ ਲੜਾਂਗਾ। ਹੁਣ ਸੁਤੰਤਰ ਹੋਰੀ ਤੁਰਕੀ ਤੋਂ, ਕਿਉਂਕਿ ਫੈਸਲਾ ਹੋ ਚੁੱਕਾ ਸੀ ਕਿ ਪਹਿਲਾਂ ਹੀ ਕਿ ਪਹਿਲਾਂ ਇਹ ਤੁਰਕੀ ਤੋਂ ਟ੍ਰੇਨਿੰਗ ਲੈਣਗੇ, ਫਿਰ ਇਹ ਅਮੈਰੀਕਾ ਜਾਣਗੇ। ਅਤੇ ਇਸ ਚੀਜ਼ ਨੂੰ ਮੁੱਖ ਰੱਖਦਿਆਂ ਇਹ ਪੈਰਿਸ ਜਾਂਦੇ ਨੇ, ਉੱਥੋਂ ਬਰਲਿਨ ਜਾਂਦੇ ਆ, ਅਤੇ ਉੱਥੋਂ ਚੱਲਦੇ ਚੱਲਦੇ 3 ਦਸੰਬਰ 1929 ਨੂੰ ਨਿਊਯਾਰਕ ਜਾਂਦੇ ਆ, ਜਿੱਥੇ ਇਹਨਾਂ ਦੀ ਮੁਲਾਕਾਤ ਅਕਸ਼ਰ ਸਿੰਘ ਛੀਨਾ, ਜਸਵੰਤ ਸਿੰਘ ਕੈਰੋਂ ਔਰ ਹਰਮਿੰਦਰ ਸਿੰਘ ਸੋਢੀ ਨਾਲ ਹੁੰਦੀ ਆ। ਇੱਥੇ ਮੈਂ ਦੱਸਦਾ ਜਾਵਾਂ, ਜਸਵੰਤ ਸਿੰਘ ਕੈਰੋਂ, ਪ੍ਰਤਾਪ ਸਿੰਘ ਕੈਰੋਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਰਹੇ, ਇਹ ਉਹਨਾਂ ਦੇ ਛੋਟੇ ਭਾਈ ਸੀ। ਇਸ ਤੋਂ ਅੱਗੇ ਕਿਉਂਕਿ ਗਦਰ ਪਾਰਟੀ ਜਿਹੜੀ ਆ ਇਹ ਪੰਜਾਬ ਦੇ ਵਿੱਚ, ਜਿਸ ਦਾ ਮੁੱਢ ਸੈਨ ਫਰਾਂਸਿਸਕੋ ਸੀਗਾ 1913 ਤੋਂ ਆਨਵਰਡ ਹੋਇਆ, ਇਹ ਪੰਜਾਬ ਦੇ ਵਿੱਚ ਜਾ ਕੇ ਇਹ ਤਕਰੀਬਨ ਤਕਰੀਬਨ ਆਪਣੀ ਸਾਹਾਂ 'ਤੇ ਜਾ ਚੁੱਕੀ ਸੀ। ਅਤੇ ਅਮੈਰੀਕਾ ਦੇ ਵਿੱਚ ਵੀ ਇਹ ਬਹੁਤ ਹੀ ਲੋਅ ਲੈਵਲ 'ਤੇ ਕੰਮ ਕਰ ਰਹੀ ਸੀ। ਪਰ ਸੁਤੰਤਰ ਹੋਈ ਜਦੋਂ 14 ਦਸੰਬਰ 1929 ਨੂੰ ਗਦਰ ਪਾਰਟੀ ਹੈੱਡਕੁਆਟਰ ਸੈਨ ਫਰਾਂਸਿਸਕੋ ਜਾਂਦੇ ਆ, ਅਤੇ ਉੱਥੇ ਫਿਰ ਇਹ ਉਹਨਾਂ ਵਿੱਚ ਇੱਕ ਨਵਾਂ ਜਜ਼ਬਾ, ਇੱਕ ਨਵੀਂ ਇੱਕ ਅੱਗ, ਇੱਕ ਨਵੀਂ ਸੋਚ ਜਿਹੜੀ ਆ ਉਹਨਾਂ ਨੂੰ ਦਿੰਦੇ ਨੇ। ਅਤੇ ਦੁਬਾਰਾ ਉਹੀ ਸਪਿਰਿਟ ਜੋ ਪੁਰਾਣੀ ਸੀ ਉਹਨੂੰ ਇਹ ਰਿਵਾਈਵ ਕਰਦੇ ਆ। ਜਿਹੜਾ ਕਿਰਤੀ ਅਖਬਾਰ, ਜਿਹੜਾ ਕਿਰਤੀ ਅਖਬਾਰ ਜਿਹੜਾ ਇੰਡੀਆ ਵਿੱਚ ਵੀ ਸੀ ਉਹ ਬੰਦ ਸੀ, ਔਰ ਗਦਰ ਲਹਿਰ ਦਾ ਜਿਹੜਾ ਪੇਪਰ ਸੀ ਉਹ ਵੀ ਬੰਦ ਹੋ ਚੁੱਕਾ ਸੀ। ਉਸ ਨੂੰ ਦੁਬਾਰਾ ਤੇਜਾ ਸਿੰਘ ਸੁਤੰਤਰ ਹੋਰਾਂ ਨੇ ਕੈਲੀਫੋਰਨੀਆ ਸੈਨ ਫਰਾਂਸਿਸਕੋ ਜਾ ਕੇ ਕਦੂ ਕਰਵਾਇਆ। ਇੱਥੇ ਅਸੀਂ ਗੱਲ ਕਰਦੇ ਹਾਂ ਹੁਣ ਕਿ ਤੇਜਾ ਸਿੰਘ ਸੁਤੰਤਰ ਨੇ ਸੈਨ ਫਰਾਂਸਿਸਕੋ ਦੇ ਏਰੀਏ ਵਿੱਚ ਜਾ ਕੇ ਉੱਥੇ ਨੌਜਵਾਨਾਂ ਦੇ ਛੋਟੇ ਛੋਟੇ ਗਰੁੱਪ ਬਣਾ ਕੇ ਉਹਨਾਂ ਨੂੰ ਔਰ ਗਰੀਲਾ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ। ਉਹਨਾਂ ਵੱਖ ਵੱਖ ਔਰਗਨਾਈਜੇਸ਼ਨਲ ਗਰੁੱਪ, ਅਤੇ ਜਿਹੜੀ ਮੁੱਖ ਵੈਨ ਗਾਰਡ ਫੋਰਸ ਹੋਏਗੀ ਜਿਹੜੀ ਹੋਏਗੀ, ਫੰਡਿੰਗ ਦੀ ਜਿਹੜੀ ਆ ਕਲੈਕਸ਼ਨ ਉਹ ਕਿਵੇਂ, ਪੇਪਰ ਉਹ ਕਿਵੇਂ ਚੱਲਦੇ ਰਹਿਣ, ਉਹਨਾਂ ਦੇ ਆਰਟੀਕਲ ਕਿਵੇਂ ਲਿਖੇ ਜਾਣ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਸੁਤੰਤਰ ਹੋਰਾਂ ਨੇ ਦੁਬਾਰਾ ਉੱਥੋਂ ਨਵੇਂ ਸਿਰਿਓਂ ਦੀਆਂ ਸ਼ੁਰੂ ਕੀਤੀਆਂ। ਹੁਣ ਸੁਤੰਤਰ ਹੋਰਾਂ ਨੂੰ ਵੀ ਇਹਨਾਂ ਦੇ ਸਾਥੀਆਂ ਨੇ ਅਸਾ ਕੀਤੀ ਕਿ ਹਿੰਦੁਸਤਾਨ ਦੇ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਆਰਥਿਕ ਤੰਗੀਆਂ ਤਰੁਸਤੀਆਂ ਤੋਂ ਤੰਗ ਆ ਕੇ ਮੁਲਕ ਛੱਡ ਚੁੱਕੇ ਨੇ, ਔਰ ਉਹ ਜ਼ਿਆਦਾਤਰ ਕਿਉਂਕਿ ਅਮੈਰੀਕਾ ਵਿੱਚ ਥੋੜ੍ਹਾ ਔਖਾ ਸੀ ਜਾਣਾ, ਲੇਕਿਨ ਉਹ ਜਿਹੜੇ ਇਹ ਜਿਹੜੇ ਸਪੈਨਿਸ਼ ਮੁਲਕ ਆ ਜਿਹਨਾਂ ਨੂੰ ਅਸੀਂ ਸਾਊਥ ਅਮੈਰੀਕਨ ਕੰਟਰੀ ਕਹਿੰਦੇ ਹਾਂ ਉੱਥੇ ਨੇ। ਔਰ ਫੈਸਲਾ ਹੋਇਆ ਕਿ ਸੁਤੰਤਰ ਹੋਰੀ ਉੱਥੇ ਜਾ ਕੇ ਵੀ ਹਿੰਦੁਸਤਾਨੀ ਜਿਹੜੇ ਲੋਕ ਕੰਮ ਕਰ ਰਹੇ ਆ, ਖਾਸ ਕਰਕੇ ਨੌਜਵਾਨ ਹੀ ਹੁੰਦੇ ਸੀ, ਉਹਨਾਂ ਵਿੱਚ ਕੰਮ ਕਰਨ ਅਤੇ ਉਹਨਾਂ ਨੂੰ ਆਜ਼ਾਦੀ ਵਾਸਤੇ ਇਸ ਪਾਸੇ ਲਾਮਬੰਦ ਕਰਨ। ਸੋ ਸੁਤੰਤਰ ਹੋਰੀ ਫਿਰ ਸੈਨ ਫਰਾਂਸਿਸਕੋ ਕੈਲੀਫੋਰਨੀਆ ਛੱਡ ਕੇ, ਅਤੇ ਇਹ ਫਿਰ ਕਰੀਬ 1932 ਦੇ ਅੱਧ ਵਿੱਚ ਪੈਨਮਾ, ਬ੍ਰਾਜ਼ੀਲ ਇਹਨਾਂ ਮੁਲਕਾਂ ਦੇ ਰਾਹੀਂ ਹੁੰਦੇ ਹੁੰਦੇ ਅਰਜਨਟੀਨਾ ਜਾਂਦੇ ਨੇ, ਜਿੱਥੇ ਅਰਜਨਟੀਨਾ ਦੀ ਰਾਜਧਾਨੀ ਬੁਏਨਸ ਆਇਰਸ, ਰੋਜ਼ੇਰੀਓ, ਕਾਰਡੋਬਾ, ਉੱਥੇ ਸਾਰੇ ਜਿਹੜੇ ਪੰਜਾਬੀ ਆ ਉਹਨਾਂ ਨੂੰ ਮਿਲਦੇ ਆ। ਉਹਨਾਂ ਦੇ ਨਾਲ ਪੂਰਾ ਇੱਕ ਜੋਤਬੰਦੀ ਕਰਕੇ ਉਹਨਾਂ ਨੂੰ ਔਰਗੇਨਾਈਜ਼ ਕਰਦੇ ਨੇ, ਵੱਖ ਵੱਖ ਸ਼ਹਿਰਾਂ ਵਿੱਚ ਗਰੁੱਪ ਜਿਹੜੇ ਆ ਉਹ ਕਾਇਮ ਕਰਦੇ ਆ। ਇੱਥੇ ਇਹਨਾਂ ਦੀ ਮੁਲਾਕਾਤ ਭਗਤ ਸਿੰਘ ਬਿਲਗਾ, ਬਾਬਾ ਬੂਝਾ ਸਿੰਘ, ਊਧਮ ਸਿੰਘ ਘੋਲੀਆਂ, ਭਾਈ ਰਤਨ ਸਿੰਘ, ਭਾਈ ਬਚਨ ਸਿੰਘ ਹੋਰਾਂ ਨਾਲ ਹੁੰਦੀ ਆ। ਔਰ ਇਸੇ ਇਹਨਾਂ ਦੇ ਇਸ ਸਖ਼ਤ ਮਿਹਨਤ ਦੀ ਬਦੌਲਤ, ਹਾਂ ਇੱਥੇ ਮੈਂ ਇਹ ਵੀ ਦੱਸਦਾ ਜਾਵਾਂ ਕਿ ਇਹਨਾਂ ਦੀ ਮੁਲਾਕਾਤ ਜਦੋਂ ਇਹ ਬ੍ਰਾਜ਼ੀਲ ਜਾਂਦੇ ਆ ਤੇ ਉੱਥੇ ਅਜੀਤ ਸਿੰਘ
ਜਿਨ੍ਹਾਂ ਨੂੰ ਆਮ ਕਰਕੇ ਚਾਚਾ ਅਜੀਤ ਸਿੰਘ ਭਗਤ ਸਿੰਘ ਦੇ ਚਾਚਾ ਜੀ ਉਹ ਉਸ ਰਾਜ ਸੀ ਉਹਨਾਂ ਨੂੰ ਹੁੰਦੀ ਆ। ਉਹ ਸਿਹਤ ਪੱਖੋਂ ਇੰਨੇ ਚੰਗੇ ਨਹੀਂ ਸੀ ਲੇਕਿਨ ਇਹਨਾਂ ਨੇ ਉਹਨਾਂ ਦੀ ਸਿਹਤ ਵਾਸਤੇ ਵੀ ਨਵੇਂ ਥਾਂ ਢੂੰਡੇ ਤੇ ਉਹਨਾਂ ਨੂੰ ਵਿਖਾਇਆ। ਫਿਰ ਉਹਨਾਂ ਨੂੰ ਅਰਜਨਟੀਨਾ ਲੈ ਕਿਉਂਕਿ ਡਾਕਟਰਾਂ ਦੀ ਸਲਾਹ ਲਾ ਕੇ ਇੱਥੇ ਉਹਨਾਂ ਲਈ ਚੰਗਾ ਰਹੇਗਾ। ਉਹਨਾਂ ਨਾਲ ਇਹਨਾਂ ਦੀ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਗੱਲਬਾਤ ਹੁੰਦੀ ਆ, ਨਵੇਂ ਪੈਂਤੜੇ, ਨਵੀਆਂ ਦਲੀਲਾਂ, ਨਵੇਂ ਵਿਚਾਰ ਜਿਹੜੇ ਆ ਉਹ ਬਣਾਉਂਦੇ ਨੇ। ਤੇ ਫਿਰ ਪਹਿਲਾ ਜਥਾ ਜਿਹੜਾ ਇਹ ਚੱਲਦਾ ਵਾ ਅਰਜਨਟੀਨਾ ਤੋਂ ਅਪ੍ਰੈਲ 1932 ਦੇ ਵਿੱਚ ਪਹਿਲਾ ਜਥਾ ਜਿਹੜਾ ਵਾ ਉਹ ਜਾਂਦਾ ਵਾ ਔਰ ਉਹ ਮਾਸਕੋ ਦਾ ਵਾ। ਤਕਰੀਬਨ 100 ਜਣੇ ਦਾ ਜਥਾ ਜਿਹਦੇ ਵਿੱਚ ਜ਼ਿਆਦਾਤਰ ਪੰਜਾਬੀ ਸੀਗੇ ਉਹ ਆਣ ਕੇ ਮਾਸਕੋ ਉਹ ਟ੍ਰੇਨਿੰਗ ਲੈਂਦੇ ਨੇ, ਆਰਮੀ ਦੀ ਟ੍ਰੇਨਿੰਗ ਔਰ ਮਾਰਕਸਵਾਦ ਦੀ ਟ੍ਰੇਨਿੰਗ ਜਿਹੜੀ ਆ ਉਹ ਲੈਂਦੇ ਆ। ਦੂਸਰਾ ਜਥਾ ਜਿਹੜਾ ਵਾ ਜਿਹਦੇ ਵਿੱਚ ਖੁਦ ਤੇਜਾ ਸਿੰਘ ਸੁਤੰਤਰ ਆ ਉਹ ਉਹਦੇ ਵਿੱਚ ਉਹ ਤਕਰੀਬਨ 137 ਜਣਿਆਂ ਦਾ ਜਥਾ ਸੀ ਜਿਹੜਾ ਮਾਸਕੋ ਆਉਂਦਾ। ਹੁਣ ਅਸੀਂ ਗੱਲ ਕਰਾਂਗੇ ਜਿਹੜਾ ਦੂਸਰਾ ਹਿੱਸਾ ਵਾ ਕਿ ਟ੍ਰੇਨਿੰਗ ਤੋਂ ਬਾਅਦ ਇਹਨਾਂ ਨੂੰ ਬੜੀ ਸਖ਼ਤ ਟ੍ਰੇਨਿੰਗ ਦਿੱਤੀ ਜਾਂਦੀ ਆ ਮਾਸਕੋ ਦੇ ਵਿੱਚ, ਇੱਥੋਂ ਤੱਕ ਕਿ ਸੁਤੰਤਰ ਹੋਰਾਂ ਦਾ ਉਸ ਹੋਚੀ ਮਿਨ ਜਿਹੜੇ ਆ ਬੜੇ ਤਗੜੇ ਲੀਡਰ ਹੋਏ ਉਹਨਾਂ ਨਾਲ ਵੀ ਮੁਲਾਕਾਤ ਜਿਹੜਾ ਮਾਸਕੋ ਦੇ ਵਿੱਚ ਹੁੰਦੀ ਆ ਔਰ ਸੁਤੰਤਰ ਹੋਰੀ ਉੱਥੇ ਤਕਰੀਬਨ 1.5 ਸਾਲ ਦੇ ਸਟੱਡੀ ਦੇ ਬਾਅਦ ਟ੍ਰੇਨਿੰਗ ਦੇ ਬਾਅਦ 10 ਨਵੰਬਰ 1934 ਨੂੰ ਬੰਬਈ ਆਉਂਦੇ ਆ। ਹੁਣ ਇਹ ਉਹ ਸੀ ਜਿਵੇਂ 1931-32-33-34 ਦਾ ਗ੍ਰੇਟ ਡਿਪਰੈਸ਼ਨ ਦੇ ਨਾਂ ਨਾਲ ਜਿਹਨੂੰ ਕਹਿੰਦੇ ਨੇ ਬਹੁਤ ਭਾਰੀ ਸੰਸਾਰਕ ਮੰਦਵਾੜਾ ਜਿਹੜਾ ਸੀ ਉਹ ਆਇਆ ਹੋਇਆ ਸੀ। ਪੰਜਾਬ ਦੀ ਆਰਥਿਕਤਾ ਬਹੁਤ ਬੁਰਾ ਹਾਲ ਸੀ, ਆਰਥਿਕਤਾ ਦਾ ਬੁਰਾ ਹਾਲ ਇਸ ਕਦਰ ਹੈ ਕਿ ਇੱਕ ਅੰਗਰੇਜ਼ ਇਕਨੋਮਿਸਟ ਡਾਰਲਿੰਗ ਦੇ ਮੁਤਾਬਕ ਪੰਜਾਬ ਦੇ ਵਿੱਚ 82% ਕਿਸਾਨ ਕਰਜ਼ੇ ਹੇਠ ਸਨ ਔਰ ਜ਼ਿਆਦਾ ਕਰਜ਼ਾ 40% ਕਰਜ਼ਾ ਜਿਹੜਾ ਸੀ ਉਹ ਜ਼ਮੀਨਾਂ ਹੀ ਉੱਤੇ ਸੀ। ਕਿਸਾਨਾਂ ਹਰ ਕਿਸਾਨ ਦੇ ਸਿਰ ਤੇ ਕਰੀਬ 400 ਕਰਜ਼ਾ ਜਿਹੜਾ ਉਸ ਸਮੇਂ ਬਹੁਤ ਜ਼ਿਆਦਾ ਸੀ, ਕੁੱਲ ਕਰਜ਼ਾ 55 ਕਰੋੜ ਸੀ। ਫਸਲਾਂ ਦੇ ਭਾਅ ਦੇਖੀਏ ਤੇ ਇੱਕ ਛੋਟੀ ਜਿਹੀ ਐਗਜ਼ਾਮਪਲ, ਸਮੇਂ ਕਣਕ ਦਾ ਭਾਅ ਸੀ 1.05 ਰੁਪਏ ਮਣ ਦਾ, ਭਾਵ 3 ਪੈਸੇ ਪ੍ਰਤੀ ਕਿਲੋ। ਮਾਲੀਏ ਨੇ ਲੋਕਾਂ ਵਾਸਤੇ ਔਖੇ ਹੋ ਚੁੱਕੇ ਸੀ। ਕਿਤੇ ਨਾ ਕਿਤੇ ਉਹ ਮੌਕਾ ਜਿਹੜਾ ਇਸ ਗ੍ਰੇਟ ਡਿਪਰੈਸ਼ਨ ਦੇ ਨਾਲ ਆ ਉਹ ਅੱਜ ਦੇ ਦੌਰ ਨਾਲ ਵੀ ਮੇਲ ਖਾਂਦਾ ਵਾ। ਸੁਤੰਤਰ ਹੋਰੀ ਜਦੋਂ ਆਉਂਦੇ ਨੇ ਬੰਬਈ, ਬੰਬਈ ਤੋਂ ਫਿਰ ਇਹ ਜ਼ਿਲ੍ਹਾ ਸ਼ੋਰ ਬਲਕਾਰ ਸਿੰਘ ਹੋਰਾਂ ਦੇ ਬਾਹਰ ਖੇਤਾਂ ਵਿੱਚ ਉਹਨਾਂ ਦੇ ਮਕਾਨ ਸਨ, ਹਵੇਲੀ ਸੀ, ਉੱਥੇ ਰਹਿੰਦੇ ਨੇ ਔਰ ਇੱਥੇ ਕਿਰਤੀ ਕਮਿਊਨਿਸਟ ਲਹਿਰ ਨੂੰ ਮਜ਼ਬੂਤ ਕਰਨ ਲਈ ਇਹ ਕੰਮ ਸ਼ੁਰੂ ਕਰਦੇ ਆ। ਕਿਉਂਕਿ ਕਿਰਤੀ ਲਹਿਰ ਜਿਹੜੀ ਇਹ ਕੁਝ ਫੰਡਿੰਗ ਕਰਕੇ ਇਹ ਉਹ ਬੰਦ ਹੋ ਚੁੱਕਿਆ ਸੀ, ਫਿਰ ਇਹ ਪੰਜਾਬ ਚ ਆ ਕੇ ਉਹਨੂੰ ਦੁਬਾਰਾ ਚਾਲੂ ਕਰਦੇ ਆ। ਇਹ ਆਣ ਕੇ ਕਿਸੇ ਕੰਮ ਲਈ ਇਨਕਲਾਬੀ ਪ੍ਰਚਾਰ ਲਈ ਬੰਬੇ ਦੇ ਬੰਬਈ ਦੇ ਵਿੱਚ ਇੱਕ ਪ੍ਰੈਸ ਲਾਉਣੀ ਸੀ। ਸੁਤੰਤਰ ਹੋਰੀ ਕੁਝ ਫੰਡ ਇਕੱਠਾ ਕਰਕੇ ਬੰਬਈ ਜਦੋਂ ਜਾਂਦੇ ਨੇ ਉਹ ਫੰਡ ਲੈ ਕੇ ਤੇ ਉੱਥੇ ਇਹ ਫੜੇ ਜਾਂਦੇ ਆ। ਉਹਨਾਂ ਵਿੱਚ ਸੋਮਨਾਥ ਲਹਿਰੀ ਤੇ ਚਿੰਤਾ ਸਿੰਘ ਤੇ ਨਾਲ ਇਕਪਾਲ ਸਿੰਘ ਹੁੰਦਲ ਇਹਨਾਂ ਦੇ ਨਾਲ ਫੜੇ ਜਾਂਦੇ ਆ। ਇਸ ਇਹਨਾਂ ਦੇ ਫੜੇ ਜਾਣ ਤੇ ਅਨਮਿਨਲ ਲਾ ਮੈਨੇਜਮੈਂਟ ਐਕਟ ਇਹਨਾਂ ਨੂੰ ਐਜ ਏ ਸਟੇਟ ਪ੍ਰਿਜਨਰ 6.5 ਸਾਲ ਕਮਲਪੁਰ ਜੇਲ੍ਹ ਜਿਹੜੀ ਅਟਕ ਦੇ ਲਾਗੇ ਸੀ ਉੱਥੇ ਇਹਨਾਂ ਨੂੰ ਰੱਖਿਆ ਜਾਂਦਾ। ਕਿਉਂਕਿ ਸੁਤੰਤਰ ਹੋਰਾਂ ਨੂੰ ਸ਼ੁਰੂ ਦਾ ਤੇ ਲਿਖਣ ਦਾ ਬਹੁਤ ਸ਼ੌਂਕ ਸੀ, ਜਦੋਂ ਇਹ ਤੁਰਦੀਆਂ ਸਨ ਉਦੋਂ ਵੀ ਇਹ ਪਾਰਟੀ ਦਾ ਜਿਹੜਾ ਸਾਹਿਤ ਸ਼ਬਦ ਸੀ ਉਹਦੇ ਵਿੱਚ ਵੀ ਆਪਣੇ ਲੇਖ, ਆਪਣੇ ਕਵਿਤਾਵਾਂ ਜਿਹੜੀਆਂ ਨੇ ਇਹ ਲੋਕਾਂ ਨੂੰ ਆਜ਼ਾਦੀ ਵਾਸਤੇ ਅਪੀਲ ਕਰਦੇ ਤੇ ਲਿਖਦੇ ਰਹੇ ਸੀ। ਇਸੇ ਤਰ੍ਹਾਂ ਹੀ ਕੈਂਬਲਪੁਰ ਜੇਲ੍ਹ ਵਿੱਚੋਂ ਵੀ ਇਹ ਆਰਟੀਕਲ ਲਿਖਦੇ। ਇੱਥੇ ਇਹ ਵੀ ਗੱਲ ਦੱਸਦੇ ਜਾਈਏ ਜਦੋਂ ਇਹ ਬਰਲਿਨ ਦੇ ਵਿੱਚ ਗਏ ਆ 1929 ਦੇ ਵਿੱਚ
ਉਦੋਂ ਅਜੇ ਨਾਜੀ ਪਾਰਟੀ ਅਜੇ ਪਾਵਰ ਵਿੱਚ ਨਹੀਂ ਸੀ ਆਈ ਤੇ ਕਿਤੇ ਨਾ ਕਿਤੇ ਇਹ ਵੀ ਕਿਹਾ ਜਾਂਦਾ ਕਿ ਇਹਦੀ ਹਿਟਲਰ ਦੇ ਨਾਲ ਵੀ ਇਹਨਾਂ ਦੀ ਮੁਲਾਕਾਤ ਹੁੰਦੀ ਆ ਤੇ ਜੇਲ੍ਹ ਦੇ ਵਿੱਚੋਂ ਇਹਨਾਂ ਨੇ ਇੱਕ ਆਰਟੀਕਲ ਦੇ ਰਾਹੀਂ ਵੀ ਲਿਖਿਆ ਕਿ ਜੇ ਲੋੜ ਪਈ ਤੇ ਅਸੀਂ ਹਿਟਲਰ ਤੋਂ ਵੀ ਮਦਦ ਆ ਚਾਹੇ ਉਹਦੀ ਪਾਰਟੀ ਨਾਲ ਅਸੀਂ ਵੀ ਤਰ੍ਹਾਂ ਸਹਿਮਤ ਨਾ ਹੋਈਏ ਪਰ ਇੱਥੇ ਮੈਂ ਦੱਸਦਾ ਜਾਵਾਂ ਆਪਣੇ ਸਰੋਤਿਆਂ ਨੂੰ ਕਿ ਕੁਝ ਲੀਡਰ ਜਿਹੜੇ ਡਾਊਨ ਟੂ ਅਰਥ ਹੁੰਦੇ ਆ ਉਹਨਾਂ ਦੀ ਸੋਚ ਕਿੱਡੀ ਬਲਵਾਨ ਕਿੱਡੀ ਫਾਰ ਸਾਈਟ ਔਰ ਕਿੱਡੀ ਤਗੜੀ ਹੁੰਦੀ ਆ ਕਿ ਉਹ ਸਹੀ ਮੌਕੇ ਤੇ ਉਹਨਾਂ ਉਹ ਗੱਲ ਜਿਹੜੀ ਆ ਉਹ ਲੋਕਾਂ ਨੂੰ ਤਾਂ ਕਿ ਲੋਕ ਵੀ ਉਹਨਾਂ ਗੱਲਾਂ ਤੋਂ ਇਹ ਚੇਤਨ ਹੋ ਕੇ ਤੇ ਆਪਣਾ ਸੰਘਰਸ਼ ਉਹ ਜਾਰੀ ਰੱਖਣ। ਸੁਤੰਤਰ ਹੁਰਾ ਨੇ ਜਦੋਂ ਹਿਟਲਰ ਦੀ ਆਰਮੀ ਨੇ 22 ਜੂਨ 1941 ਨੂੰ ਕਦੇ ਸੋਵੀਅਤ ਯੂਨੀਅਨ ਤੇ ਹਮਲਾ ਕੀਤਾ ਤਾਂ 2 ਹਫ਼ਤੇ ਬਾਅਦ ਸੁਤੰਤਰ ਹੁਰੀ ਕੈਂਬਲਪੁਰ ਜੇਲ੍ਹ ਦੇ ਵਿੱਚੋਂ ਇਹ ਆਰਟੀਕਲ ਲਿਖਦੇ ਨੇ ਔਰ ਉਹ ਆਰਟੀਕਲ ਕੀ ਸੀ ਉਹ ਆਰਟੀਕਲ ਸੀ ਕਿ ਇਹ ਹੁਣ ਜਿਹੜੀ ਸੈਕਿੰਡ ਵਰਲਡ ਵਾਰ ਆ ਇਹ ਕੋਈ ਸਾਮਰਾਜੀ ਜੰਗ ਨਹੀਂ ਰਹੀ ਇਹ ਹੁਣ ਜਨਤਾ ਦੀ ਜੰਗ ਹੋ ਗਈ ਆ ਕਹਿਣ ਤੋਂ ਭਾਵ ਇਹ ਪੀਪਲਸ ਵਾਰ ਹੈ ਔਰ ਇਹ ਗੱਲ ਇੱਕ ਬੜੀ ਤਗੜੀ ਸੀ ਜਿਹਦੀ ਸਮਝ ਈਵਨ ਹਿੰਦੁਸਤਾਨ ਦੇ ਇਨਕਲਾਬੀਆਂ ਨੂੰ ਪਾਰਟੀ ਨੂੰ ਵੀ ਬੜੀ ਦੇਰ ਬਾਅਦ ਸਮਝ ਵਿੱਚ ਪਈ ਜਦੋਂ ਇਹ ਆਰਟੀਕਲ ਛਪਿਆ ਤੇ ਉਹ ਸਾਰੇ ਹੀ ਬਿਲਕੁਲ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਸੀ ਕਿ ਇਹ ਜਨਤਾ ਦੀ ਜੰਗ ਆ ਉਹ ਇਹ ਮੰਨਦੇ ਸੀ ਕਿ ਇਹ ਸਾਮਰਾਜੀ ਹੀ ਜੰਗ ਆ। ਬੜੀ ਇੱਕ ਦਿਲਚਸਪ ਗੱਲ ਜਾਵਾਂ ਕਿ ਉਸ ਸਮੇਂ ਦੇ ਪੰਜਾਬ ਔਰ ਅੱਜ ਦੇ ਪਾਕਿਸਤਾਨ ਇਹ ਹੁਣ ਤੇ ਉਹ ਇਹ ਚੂਨੀਆਂ ਇਹ ਸ਼ਾਇਦ ਤਹਿਸੀਲ ਆ ਜ਼ਿਲ੍ਹਾ ਸੰਗਰੂਰ ਦੀ ਉਸ ਸਮੇਂ ਉਹ ਲਾਹੌਰ ਦੇ ਲਈ ਆਉਂਦਾ ਸੀ ਔਰ ਉੱਥੋਂ ਦੀ ਅਸੈਂਬਲੀ ਸੀਟ ਜਿਹੜੀ ਆ ਪੰਜਾਬ ਦੀ ਉਹ ਖਾਲੀ ਹੋ ਗਈ ਸੀ ਔਰ ਸੁਤੰਤਰ ਹੁਰੀ ਕੈਂਬਲਪੁਰ ਜੇਲ੍ਹ ਦੇ ਵਿੱਚੋਂ ਉਹ ਚੋਣ ਬਿਨਾਂ ਮੁਕਾਬਲਾ 1937 ਦੇ ਆ ਪਰ ਬਾਵਜੂਦ ਇਸ ਜਿੱਤ ਦੇ ਉਹਨਾਂ ਨੂੰ ਛੱਡਿਆ ਫਿਰ ਵੀ ਨਾ ਗਿਆ ਜੇਲ੍ਹ 'ਚ ਹੀ ਰੱਖਿਆ ਗਿਆ। ਹੁਣ ਇੱਥੇ ਕੁਝ ਐਸੇ ਵਰਤਾਰੇ ਜਿਹੜੇ ਆ ਉਹ ਵਰਤ ਰਹੇ ਆ ਕਿ ਹਿੰਦੁਸਤਾਨ ਦੇ ਵਿੱਚ ਜੇ ਕਲੀਅਰ ਕੱਟ ਕਮਿਊਨਿਸਟ ਜਿਹੜੀ ਆ ਉਹ ਇੱਕ ਬੁਝਾਰਤ ਹੀ ਬਣੀ ਹੋਈ ਸੀ ਅਜਮ ਲੋਕਾਂ ਨੂੰ ਨਹੀਂ ਪਤਾ ਲੱਗ ਰਿਹਾ ਕਿ ਕੀ ਹਿੰਦੁਸਤਾਨ ਦੇ ਵਿੱਚ ਕੋਈ ਕਮਿਊਨਿਸਟ ਪਾਰਟੀ ਵੀ ਹੈ ਲੇਕਿਨ ਸੁਤੰਤਰ ਹੁਰਾ ਨੇ ਜੇਲ੍ਹ ਦੇ ਵਿੱਚੋਂ ਹੀ ਇਹ ਗੱਲ ਲਿਖ ਕੇ ਬਾਹਰ ਭੇਜਤੀ ਕਿ ਜਿਹੜਾ ਨੈਸ਼ਨਲ ਫਰੰਟ ਆ ਪੰਜਾਬ ਤੋਂ ਬਾਹਰ ਜਿਹੜਾ ਹਿੰਦੁਸਤਾਨ ਦੇ ਸੂਬਿਆਂ ਦੇ ਵਿੱਚ ਉਹੀ ਕਮਿਊਨਿਸਟ ਪਾਰਟੀ ਔਰ ਪੰਜਾਬ ਦੇ ਵਿੱਚ ਉਹਦਾ ਹੀ ਇੱਕ ਹਿੱਸਾ ਸਮਝ ਲਓ ਜਿਹੜੀ ਕਿਰਤੀ ਪਾਰਟੀ ਆ ਉਹਦੇ ਜਿਹੜੇ ਵਰਕਰ ਨੇ ਇਹਦੇ ਵਿੱਚ ਹੁਣ ਕਿਉਂਕਿ ਨੈਸ਼ਨਲ ਫਰੰਟ ਜਿਹੜਾ ਸੀ ਉਹ ਤਕਰੀਬਨ ਆਊਟ ਆਫ ਪੰਜਾਬੀਆਂ ਦਾ ਸੀ ਔਰ ਕੀ ਪਾਰਟੀ ਪਿਓਰ ਪੰਜਾਬੀਆਂ ਦੀ ਸੀ ਜਿਹਦੇ ਵਿੱਚ ਸਮੁੱਚਾ ਪੰਜਾਬ ਜਿਹੜਾ ਵਾ ਉਹ ਆਉਂਦਾ ਸੀ ਲੇਕਿਨ ਇਹਨਾਂ ਦਾ ਮਕਸਦ ਤਾਂ ਇੱਕ ਹੀ ਸੀ ਗੋਰਿਆਂ ਤੋਂ ਆਜ਼ਾਦ ਹੋਣਾ ਲੇਕਿਨ ਆਪਸ ਵਿੱਚ ਇਹ ਰਲ ਕੇ ਨਹੀਂ ਸੀ ਚੱਲ ਰਹੇ। ਸੁਤੰਤਰ ਹੋਰਾਂ ਨੇ ਜੇਲ੍ਹ ਦੇ ਵਿੱਚੋਂ ਆਰਟੀਕਲ ਲਿਖਣੇ ਔਰ ਉਹਨਾਂ ਆਰਟੀਕਲ ਦੀ ਬਦੌਲਤ ਇਹਨਾਂ ਨੂੰ ਇੱਕ ਕਰ ਦਿੱਤਾ ਗਿਆ ਇਹਨਾਂ ਨੂੰ ਯੂਨਾਈਟ ਕਰ ਦਿੱਤਾ ਗਿਆ। 26 ਜਨਵਰੀ 1938 ਨੂੰ ਸੁਭਾਸ਼ ਚੰਦਰ ਬੋਸ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਬਣਦੇ ਆ ਪਰ ਗਾਂਧੀ ਹੁਰਾਂ ਦੇ ਲਾਣੇ ਨੂੰ ਇਹ ਗੱਲ ਬਹੁਤੀ ਚੰਗੀ ਨਹੀਂ ਸੀ ਲੱਗੀ ਤੇ ਸੁਭਾਸ਼ ਹੁਰਾਂ ਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ 22 ਜੂਨ 1939 ਨੂੰ ਆਲ ਇੰਡੀਆ ਫਾਰਵਰਡ ਬਲਾਕ ਜਿਹੜਾ ਉਹ ਬਣ ਗਿਆ। ਹੁਣ ਸੁਭਾਸ਼ ਚੰਦਰ ਬੋਸ ਚਾਹੁੰਦੇ ਸੀ ਕਿ ਆਜ਼ਾਦੀ ਵਾਸਤੇ ਮੁਲਕ ਨੂੰ ਯਾਦ ਕਰਾਉਣ ਲਈ ਸਾਨੂੰ ਬਾਹਰਲੀਆਂ ਤਾਕਤਾਂ ਜਿਹੜੀਆਂ ਨੇ ਉਹਨਾਂ ਦੀ ਲੋੜ ਆ ਖਾਸ ਕਰਕੇ ਉਹਨਾਂ ਦੀ ਟੇਕ ਸੋਵੀਅਤ ਯੂਨੀਅਨ ਰਸ਼ੀਆ ਦੇ ਉੱਤੇ।
ਰਸ਼ੀਆ ਜਾਣਾ ਚਾਹੁੰਦੇ ਸੀ ਲੇਕਿਨ ਉਹਨਾਂ ਨੂੰ ਕੋਈ ਜਾਣ ਦਾ ਗਿਆਨ ਨਹੀਂ ਸੀ। ਉਹ ਅਜੇ ਕਾਂਗਰਸ ਦੇ ਪ੍ਰਧਾਨੀ ਸੀ ਜਦੋਂ ਉਹ ਇੱਕ ਸ਼ਾਹੀ ਜੇਲ੍ਹ ਆ ਜੋ ਲਾਹੌਰ ਦੀ ਦੌਰ ਦੇ ਵਿੱਚ, ਉੱਥੇ ਉਹਨਾਂ ਦੀ ਮੁਲਾਕਾਤ ਕਾਮਰੇਡ ਵਾਸਦੇਵ ਸਿੰਘ ਨਾਲ ਹੁੰਦੀ ਆ। ਕਾਮਰੇਡ ਵਾਸਦੇਵ ਸਾਹਿਬ, ਮੈਂ ਦੱਸਦਾ ਜਾਵਾਂ, ਇਹ ਪਿੰਡ ਝੰਗੀ ਪਨਵਾ ਗੁਰਦਾਸਪੁਰ ਡੇਰਾ ਬਾਬਾ ਨਾਨਕ ਦੇ ਲਾਗੇ ਪਿੰਡ ਆ, ਔਰ ਇਹ ਕਾਮਰੇਡ ਵਾਸਦੇਵ ਸਿੰਘ ਤੇਜਾ ਸਿੰਘ ਸੁਤੰਤਰ ਹੋਰਾਂ ਦੇ ਸਾਲਾ ਸਾਹਿਬ ਸਨ, ਬ੍ਰਦਰ ਇਨ ਲਾ। ਇਹਨਾਂ ਨੇ ਵੀ ਸਾਰੀ ਜ਼ਿੰਦਗੀ ਜਿਹੜੀ ਆ ਇਸ ਸੰਘਰਸ਼ ਦੇ ਲੇਖੇ ਲਾ ਦਿੱਤੀ। ਹੁਣ ਕਾਮਰੇਡ ਵਾਸਦੇਵ ਸਿੰਘ ਜਿਹੜੇ ਨੇ ਉਹ ਜੇਲ੍ਹ ਵਿੱਚ ਨੇ, ਉਹਨਾਂ ਨੇ ਸੁਤੰਤਰ ਹੋਰਾਂ ਨੂੰ ਕੈਮਲਪੁਰ ਜੇਲ੍ਹ ਦੇ ਵਿੱਚ ਸੁਨੇਹਾ ਭੇਜਿਆ ਕਿ ਸੁਭਾਸ਼ ਚੰਦਰ ਨੂੰ ਕਿਸੇ ਤਰੀਕੇ ਨਾਲ ਬਾਹਰ ਭੇਜੋ, ਔਰ ਸੁਤੰਤਰ ਹੋਰਾਂ ਨੇ ਜੇਲ੍ਹ ਦੇ ਵਿੱਚੋਂ ਅਰੇਂਜਮੈਂਟ ਕੀਤਾ, ਐਸਾ ਅਰੇਂਜਮੈਂਟ ਕੀਤਾ ਕਿ ਸੁਭਾਸ਼ ਹੋਰਾਂ ਨੂੰ ਕਾਮਰੇਡ ਰਾਮ ਕ੍ਰਿਸ਼ਨ ਤੇ ਅਸ ਸਿੰਘ ਸ਼ੀਨਾ ਦੀ ਸਹਾਇਤਾ ਨਾਲ ਕਾਬਲ ਪਹੁੰਚਾਇਆ। ਕਾਬਲ ਤੋਂ ਫਿਰ ਉਹ ਰਸ਼ੀਆ ਤੇ ਉਸ ਤੋਂ ਗਾਂ ਫਿਰ ਜਿਵੇਂ ਜਿਵੇਂ ਹਿਸਟਰੀ ਆ ਕੇ ਉਹ ਜਰਮਨ ਵੀ ਗਏ। ਹੁਣ ਸੁਤੰਤਰ ਇਹ ਬੜੀ ਚੰਗੀ ਤਰ੍ਹਾਂ ਜਾਣਦੇ ਸੀ ਕਿ ਆਜ਼ਾਦੀ ਜਿਹੜੀ ਆ ਇਹ ਸ਼ਾਂਤਮਈ ਤਰੀਕੇ ਨਾਲ ਨਹੀਂ ਆਉਣੀ। ਜਿੱਥੇ ਉਹਨਾਂ ਨੇ ਆਰਮੀ ਟ੍ਰੇਨਿੰਗ ਲਈ ਸੀ ਉੱਥੇ ਨਾਲ ਨਾਲ ਉਹਨਾਂ ਨੇ ਗਰੀਲਾ ਟ੍ਰੇਨਿੰਗ ਵੀ ਲਈ ਸੀ ਕਿ ਸਾਲ ਹਥਿਆਰ ਬਣਾਉਣੇ ਆ, ਕਿਵੇਂ ਦੁਸ਼ਮਣ ਦਾ ਹੱਥ ਲਾ ਕੇ ਮੁਕਾਬਲਾ ਕਰਨਾ ਵਾ, ਕਿਵੇਂ ਪੁਲ ਉਡਾਉਣੇ ਨੇ, ਰੇਲਵੇ ਲਾਈਨਾਂ ਉਡਾਉਣੀਆਂ ਨੇ, ਕਿਵੇਂ ਥੋੜੀ ਤਾਕਤ ਨਾਲ ਵੱਡੀ ਤਾਕਤ ਦਾ ਮੁਕਾਬਲਾ ਕਰਕੇ ਫਿਰ ਵੀ ਜਿਉਂਦੇ ਰਹਿਣਾ। ਬਹੁਤ ਜ਼ਿਆਦਾ ਗੱਲਾਂ, ਬਹੁਤ ਜ਼ਿਆਦਾ ਕੰਮ ਜਿਹੜੇ ਉਹਨਾਂ ਨੇ ਸੇਮ ਤੁਰਕੀ ਤੋਂ ਸਿੱਖੇ ਸੀ ਉਹ ਪ੍ਰੈਕਟੀਕਲੀ ਨੌਜਵਾਨਾਂ ਨੂੰ ਕੈਲੀਫੋਰਨੀਆ ਔਰ ਲੇਟਨ ਮੁਲਕ ਦੇ ਵਿੱਚ ਤੇ ਨਾਲ ਨਾਲ ਉਹ ਉਹਨਾਂ ਨੇ ਪੰਜਾਬ ਦੇ ਵਿੱਚ ਕੀਤੇ। ਅੱਗੇ ਜਾ ਕੇ ਉਹ ਪੈਪਸੂ ਦੇ ਵਿੱਚ ਵੀ ਇਹੀ ਇਹ ਕੰਮ ਜਿਹੜਾ ਉਹ ਕਰਦੇ ਆ। ਹੁਣ ਕਿਉਂਕਿ ਜੇਲ੍ਹ ਵਿੱਚੋਂ, ਹਾਂ 1942 ਨੂੰ ਜੇਲ੍ਹ ਵਿੱਚੋਂ ਬਾਹਰ ਆਉਂਦੇ ਨੇ, ਔਰ ਜੇਲ੍ਹ 'ਚੋਂ ਤਕਰੀਬਨ 6.5 ਸਾਲ ਬਾਅਦ, ਔਰ ਇਹ ਕਿਸਾਨ ਸਭਾ ਪੰਜਾਬ ਦੇ ਇਹਨਾਂ ਨੂੰ ਪੜ੍ਹਾਉਂਦਾ ਔਰ CPI ਦਾ ਇਹਨਾਂ ਨੂੰ ਮੈਂਬਰ ਬਣਾਇਆ ਜਾਂਦਾ। ਹੁਣ ਇਹ ਚਾਹੁੰਦੇ ਕਿ ਫੌਜ ਵਿੱਚ ਵੀ ਬਗਾਵਤ ਕਰਾਈ ਜਾਏ। ਇਹਦੇ ਸੰਬੰਧ ਵਿੱਚ ਇਹ ਮੇਰਠ ਜਾਂਦੇ ਨੇ, ਉੱਥੋਂ ਕਿਰਤੀ ਲਹਿਰ ਜਿਹੜੀ ਆ ਫਿਰ ਸ਼ੁਰੂ ਕਰਦੇ ਆ, ਉੱਥੇ ਆਰਮੀ ਦੇ ਵਿੱਚ ਇਹ ਕੰਮ ਕਰਦੇ ਆ। ਸਾਧੂ ਸਿੰਘ ਇਹ ਜਿਹੜੇ ਝੰਗੀ ਪਨਵਾ ਤੋਂ ਕਾਮਰੇਡ ਵਾਸਦੇਵ ਖੁਰਾਂ ਦੇ ਛੋਟੇ ਭਾਈ ਸੀ, ਉਹਨਾਂ ਨੂੰ ਜਿਹੜੇ ਉਹਨਾਂ ਇਹਨਾਂ ਦੇ ਸਾਲਾ ਸਾਹਿਬ ਹੀ ਲੱਗੇ, ਉਹਨਾਂ ਨੂੰ ਇਹਨਾਂ ਨੇ ਖੁਦ ਆਪ ਫੌਜ ਵਿੱਚ ਕਿਹਾ ਕਿ ਤੁਸੀਂ ਫੌਜ ਵਿੱਚ ਵੀ ਜਾਓ। ਇਹ ਗੱਲ ਤੇ ਬੜੀ ਪੁਰਾਣੀ ਹੋ ਗਈ, ਜਦੋਂ ਇਹਨਾਂ ਦਾ ਅਜੇ ਵਿਆਹ ਹੋਇਆ ਸੀ ਕਰੀਬ ਕਰੀਬ 1923-24 ਦੇ ਵਿੱਚ, ਲੇਕਿਨ ਹੁਣ ਤੇ ਉਹ ਕਾਫੀ ਸਮਾਂ ਹੋ ਚੁੱਕਾ ਸੀ। ਸਾਧੂ ਸਿੰਘ ਵੀ ਫੌਜ ਵਿੱਚ ਹੋ ਕੇ ਮੋਟਰ ਟਰਾਂਸਪੋਰਟ ਬਟਾਲੀਅਨ ਸੀਗੇ, ਔਰ ਉੱਥੇ ਜਦੋਂ ਇਹਨਾਂ ਦੀ ਸੁਤੰਤਰਤਾ ਨਾਲ ਮੁਲਾਕਾਤ ਹੁੰਦੀ ਆ ਤੇ ਫੌਜ ਵਿੱਚ ਬਗਾਵਤ ਕਰਨ ਦੀ ਗੱਲਬਾਤ ਚੱਲਦੀ ਆ। ਇਸ ਤੋਂ ਅੱਗੇ ਚੱਲ ਕੇ ਬਹੁਤ ਜ਼ਿਆਦਾ ਜਦੋਂ ਇਹ ਬਗਾਵਤ ਦੀ ਗੱਲ ਚੱਲਦੀ ਆ, ਬਹੁਤ ਜ਼ਿਆਦਾ ਖਾਸ ਕਰਕੇ ਪੰਜਾਬੀ ਫੌਜੀ ਜਿਹੜੇ ਆ ਉਹ ਫੜੇ ਵੀ ਜਾਂਦੇ ਆ, ਔਰ ਫਿਰ ਉਹਨਾਂ ਨੂੰ ਬ੍ਰਿਟਿਸ਼ ਜਿਹੜੇ ਆਫਿਸਰ ਆ ਉਹ ਬਹੁਤ ਜ਼ਿਆਦਾ ਪੰਜਾਬੀਆਂ ਨੂੰ ਫੌਜ ਵਿੱਚੋਂ ਬਰਖਾਸਤ ਕਰਕੇ ਘਰਾਂ ਨੂੰ ਭੇਜ ਦਿੰਦੇ ਆ ਤੇ ਕਈਆਂ ਨੂੰ ਜੇਲ੍ਹ ਵੀ ਹੁੰਦੀ ਆ। ਹੁਣ ਮਸਲਾ ਇਹ ਸੀ ਕਿ ਕਮਿਊਨਿਸਟ ਪਾਰਟੀ ਔਰ ਕਿਰਤੀ ਪਾਰਟੀ ਦਾ ਆਪਸ ਵਿੱਚ ਰਲੇਵਾਂ ਤਾਂ ਜ਼ਰੂਰ ਹੋ ਗਿਆ, ਲੇਕਿਨ ਕਿਸੇ ਵਜ੍ਹਾ ਕਰਕੇ ਅਜੇ ਵੀ ਜੋ ਪਹਿਲਾਂ ਨੈਸ਼ਨਲ ਫਰੰਟ ਸੀ ਹੁਣ ਕਮਿਊਨਿਸਟ ਪਾਰਟੀ CPI ਸੀਗਾ, ਅਜੇ ਵੀ ਉਹ ਕਿਰਤੀ ਪਾਰਟੀਆਂ ਨੂੰ ਬਹੁਤਾ ਨਹੀਂ ਆ ਰਹੇ। ਸੁਤੰਤਰ ਹੁਰੀ ਚਾਹੇ ਇੱਕ ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਵੀ ਬਣ ਚੁੱਕੇ ਸੀਗੇ, ਜਿਹੜਾ ਕਿਰਤੀ ਪਾਰਟੀ ਦਾ ਹੀ ਇੱਕ ਫਰੰਟ ਸੀ, ਉਹਨਾਂ ਲਈ ਕੰਮ ਕਰਨਾ ਅਜੇ ਬੜਾ ਮੁਸ਼ਕਲ ਸੀ, ਪਰ ਉਹ ਫਿਰ ਵੀ ਕੰਮ ਕਰੀ ਜਾ ਰਹੇ ਸੀ। ਨਿਊ ਏਜ ਪੇਜ ਨੰਬਰ 11 ਦੇ ਅਨੁਸਾਰ ਸੁਤੰਤਰ ਹੁਰੀ ਪੋਸਟ ਐਂਡ ਟੈਲੀਗ੍ਰਾਫ ਪੰਜਾਬ JNK ਔਰ ਬਲੋਚਿਸਤਾਨ ਦੇ ਇਹ ਪ੍ਰਧਾਨ ਰਹੇ। ਇੱਥੇ ਇਹ ਵੀ ਦੱਸਦੇ ਜਾਈਏ
कि जेड़े लोग जिन्होंने मार्क्सवाद की सही स्टडी की होंगी आ कभी भी धार्मिक बे उत्ते सोसाइटी की जी वन दाश नहीं करते। तो इतने मैं ये भी दसता जावा कि सतंतर हुरी भी पाकिस्तान नूं एक मुस्लिम स्टेट के बेस से एक वखरा नेशन बनते ये खिलाफ सी, क्योंकि इन्हों पता सी कि नुकसान बहुत होना और नुकसान कि होना वा उस समुचे पंजाब का होना, चाहे उहदे विच हिंदू मुसलमान ईसाई क्रिश्चियन सिख बोधी जो भी ने नुकसान इन्हों का होना। और वाकई ये गल जी सही जी साबित हुई कि किस तरीके नाल 47 ऐसे जख्म जिहड़ा वो पंजाबियों नूं दे गई कि 10 लाख लोग उधरों ते इधरों इधरों उधरों जदों ट्रांसफर होया वा पापूलेशन का ते वो मारे गए और किन्ने लोग जिहड़े आ उन्हां नूं वो बेघरे हो गए। ये एक दुनिया के इतिहास में इन्नी माइग्रेशन कभी कहे ये जनसंख्या की अज तक और इन्ना कतलो गारत नहीं हो। इत्थे जदों किरती पार्टी और कम्युनिस्ट पार्टी का आपस में चलना औखा हो गया तो मजबूरन तेजा सिंह सतंतर होरां नूं जनवरी 1947 नूं लाल पार्टी जिन्हों रैड पार्टी कहने वो इन्हों बनानी पई। ये जदों ही रैड पार्टी बनती आ उस वेले इन्हों के वरंट जड़े आशू हो जाते हैं। बहुत ज़्यादा साथी जड़े आ क्योंकि मुल्क आजाद हो चुका सी, बाबा सोहन सिंह परा लाल सिंह बाबा भाग सिंह ये आलरेडी फड़े जा चुके सी, तेजा सिंह सतंतर और बाबा बूझा सिंह जेडे अंडरग्राउंड चले गए। हुण इन्हां दे सामने मुख मुद्दा सी कि लाल पार्टी सब तो वड्डा केड़ा काम केड़ा करे। तुर्क तो आजाद हो चुका सी जिन्हों आपां सो कॉल्ड कहने अजे काम बहुत ज्यादा करने वाले सी। इन्हां ने पैप्स दे विच उस समय जो जगीरदारी ते मनसबदारी दा बोलबाला सी ज़्यादा जिहड़े जिहड़ी जमीन सी वो कुछ एक घराणियां दे कंट्रोल दे हेठ सी। इन्हां ने उत्थे संघर्ष विड़िया जिन्हों कहने मुजाहरा लहर पैप्सू मुजाहरा लहर जिहड़ी आ जिहड़ी आ की चालू की। यह लहर 1947 तो 1952 तक चली आ। मैं कोशिश करांगा चट्ठा साहब इनू रैप अप जल्दी करा क्योंकि अजे काफ़ी आ मेरे को कहन नू, लेकिन मैं कोशिश करांगा तुसी मैनू 40 मिनट कहा सी ਤੁਸੀਂ ਬਿਲਕੁਲ ਇਹਨੂੰ ਕਰ ਲੈਣਾ ਥੋੜਾ ਜਿਹਾ ਤੁਹਾਡੀ ਆਵਾਜ਼ ਦਾ ਜਾਂ ਸ਼ਾਇਦ ਨੈਟ ਦਾ ਮਸਲਾ ਆਵਾਜ਼ ਵਿੱਚ ਨਾ ਕੱਟਦੀ ਹੈ ਰੁਕਦੀ ਹੈ जी। बस गुराया साहब जिस तरह इंटरनेट का थोड़ा जवाज का प्रॉब्लम आ रहा ठीक होंगे तो असं उन्होंने फिर जोड़ने अपने नाल। हाँ जी फिर फिलहाल तो ठीक है। हाँ जी बिल्कुल ठीक है जी। तो गुराया साहब जी तुम जारी रखो गलबात अपनी फिर असं तुम मिलना। इस तू अगे जदों ਪੈਪਸੂ ਦੇ ਵਿੱਚ ਸੂ ਸਟੈਂਡਸ ਫਾਰ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਜਿਹਨੂੰ ਪੈਪਸੂ ਕਹਿੰਦੇ ਆ। ਇਹ ਜਿਹੜਾ ਪੈਪਸੂ ਦੇ ਵਿੱਚ ਪਟਿਆਲਾ ਜਿਹੜੀ ਉਹ ਮੇਨ ਇਹਦਾ ਥੰਮ ਸੀ ਪਟਿਆਲਾ ਰਿਆਸਤ ਵਿੱਚ ਉਸ ਸਮੇਂ 3620
ਇਹਨਾਂ ਪਿੰਡਾਂ ਵਿੱਚੋਂ 784 ਐਸੇ ਪਿੰਡ ਸੀ ਜਿਹੜੇ ਸਿੱਧੇ ਬਿਸਵੇਦਾਰਾਂ ਤੇ ਮਨਸਬਦਾਰਾਂ ਤੇ ਜਗੀਰਦਾਰਾਂ ਦੇ ਕੰਟਰੋਲ ਦੇ ਹੇਠ ਸੀ। ਔਰ ਹੁਣ ਮਸਲਾ ਇਹ ਸੀ ਕਿ ਏਡੇ ਵੱਡੇ ਘਰਾਣਿਆਂ ਦੇ ਕੋਲੋਂ ਜ਼ਮੀਨ ਨੂੰ ਕਿਵੇਂ ਬਾਹਰ ਲਿਆਂਦਾ ਜਾਵੇ ਤੇ ਛੋਟੇ ਕਿਸਾਨਾਂ, ਮਜਾੜਿਆਂ, ਮਜ਼ਦੂਰਾਂ, ਗਰੀਬਾਂ ਦੇ ਵਿੱਚ ਵੰਡਿਆ ਜਾਵੇ। ਸੋ ਸਤਿਗੁਰਾਂ ਨੇ ਉਸ 409 ਜਵਾਨਾਂ ਦਾ ਕਬੀਲਾ ਜਥਾ ਬਣਾਇਆ, ਬਿਲਕੁਲ ਉਸੇ ਤਰਜ਼ ਤੇ ਜਿਵੇਂ ਤੇਲੰਗਾਨਾ ਵਿੱਚ ਕਿਸਾਨੀ ਮੂਵਮੈਂਟ ਚੱਲੀ ਸੀ। ਚਾਹੇ ਉਹ ਮੂਵਮੈਂਟ ਬੜੀ ਹਥਿਆਰਬੰਦ ਮੂਵਮੈਂਟ, ਉੱਥੇ ਉਸ ਮੂਵਮੈਂਟ ਦਾ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ, ਲੇਕਿਨ ਉਹਨਾਂ ਨੂੰ ਹਾਸਲ ਵੀ ਬਹੁਤ ਘੱਟ ਹੋਇਆ। ਉਹਦੇ ਉਲਟ ਜਿਹੜੀ ਪੈਪਸੂ ਦੀ ਮੂਵਮੈਂਟ ਸੀ, ਇਹਨਾਂ ਕੋਲ ਹਥਿਆਰ ਵੀ ਬਹੁਤ ਘੱਟ ਸੀ, ਲੇਕਿਨ ਇਹਨਾਂ ਨੇ ਹਾਸਲ ਕੀਤਾ ਉਹ ਮੈਂ ਦੱਸ। ਇਹ ਮੂਵਮੈਂਟ 1947 ਤੋਂ 52 ਤੱਕ ਚੱਲਦੀ ਆ, ਜਿਹਦੇ ਵਿੱਚ ਇਹ ਵੱਖ ਵੱਖ ਪਿੰਡਾਂ ਵਿੱਚੋਂ ਜਿਹੜੇ ਮੁਜ਼ਾਹਰੇ, ਮਜ਼ਦੂਰ, ਦੁਕਾਨਦਾਰ, ਛੋਟੇ ਕਿਸਾਨ ਉਹਨਾਂ ਨੇ ਹਿੱਸਾ ਲਿਆ। ਪਿੰਡ ਕਿਸ਼ਨਗੜ੍ਹ, ਜਿਸ ਨੂੰ ਸਮੇਂ ਨਵਾਂ ਲੈਨਿਨ ਗ੍ਰਾਂਟ ਵੀ ਕਹਿੰਦੇ ਆ, ਉਹਦੇ ਉੱਤੇ ਇਸ ਮੁਜ਼ਾਹਰਾ ਮੂਵਮੈਂਟ ਸੰਘਰਸ਼ ਨੂੰ ਤੋੜਨ ਵਾਸਤੇ ਹਮਲਾ ਕੀਤਾ ਜਾਂਦਾ ਵਾ। 400 ਫੌਜੀ, 11 ਟੈਂਕ, 5 ਬਖਤਰਬੰਦ ਗੱਡੀਆਂ ਤੇ 100 ਪੁਲਿਸ ਮੁਲਾਜ਼ਮ ਹਮਲਾ ਕਰਦੇ ਆ। ਬਹੁਤ ਬੁਰੀ ਤਰ੍ਹਾਂ ਉੱਥੇ ਨੁਕਸਾਨ ਹੁੰਦਾ ਵਾ, 3 ਸਾਥੀ ਵੀ ਉੱਥੇ ਸ਼ਹੀਦ ਹੁੰਦੇ ਆ। ਇਸੇ ਕਰਕੇ ਹੀ ਕਿਸ਼ਨਗੜ੍ਹ ਨੂੰ ਨਵਾਂ ਲੈਨਿਨ ਗ੍ਰਾਂਟ ਜਿਹੜਾ ਉਹ ਕਿਹਾ ਜਾਣ ਲੱਗਾ। ਇਸ ਦੀ ਪੁਸ਼ਟੀ ਜਿਹੜੀ ਆ ਉਹ ਇੱਕ TDW ਪੇਪਰ ਦੇ ਵਿੱਚ, ਇੱਕ ਪੋਲੀਟੀਕਲ ਵੀਕਲੀ ਪੇਪਰ ਚ ਮਡੂਲਾ ਮੁਖਰਜੀ ਵੱਲੋਂ ਜੂਨ 28, 1980 ਨੂੰ ਨਹੀਂ ਕੀਤੀ ਜਾਂਦੀ ਹੈ। ਹੁਣ ਇਹ ਮੂਵਮੈਂਟ ਜਿਹੜੀ ਆ ਜਦੋਂ ਚੱਲਦੀ ਆ ਤੇ ਇਹਦੇ ਵਿੱਚ ਅਖੀਰ ਤੇ ਜਿਹੜੇ ਉਸ ਸਮੇਂ ਦੇ ਜਗੀਰਦਾਰ ਹਾਕਮ ਸ਼ਾਹੀ, ਮਹਾਰਾਜਾ ਪਟਿਆਲਾ, ਇਹਨਾਂ ਸਾਰਿਆਂ ਨੂੰ ਜਦੋਂ ਕਿਸਾਨ ਜਿਹੜਾ ਇਹ ਮੁਜ਼ਾਹਰਾ ਮੂਵਮੈਂਟ ਆ ਇਹਦਾ ਵਿਦਰੋਹ ਦਾ ਸਾਹਮਣਾ ਕਰਨਾ ਪਿਆ ਤੇ ਅਖੀਰ ਉਹਨਾਂ ਨੂੰ ਕਿਸੇ ਕਿਸੇ ਤਰੀਕੇ ਨਾਲ ਇਨਡਾਇਰੈਕਟਲੀ ਸਰੈਂਡਰ ਵੀ ਇਸ ਮੂਵਮੈਂਟ ਦੇ ਮੋਹਰੇ ਕਰਨਾ ਪਿਆ। ਤੇ ਸਿੱਟੇ ਵਜੋਂ ਮੈਂ ਸਰੋਤਿਆਂ ਨੂੰ ਦੱਸਦਾ ਜਾਵਾਂ ਕਿ ਇਸ ਪੈਪਸੂ ਮੂਵਮੈਂਟ ਨੇ ਵੱਡੇ ਜ਼ਿਮੀਂਦਾਰਾਂ, ਜਗੀਰਦਾਰਾਂ ਤੇ ਮਨਸਬਦਾਰਾਂ ਤੋਂ 8 ਲੱਖ ਏਕੜ ਜ਼ਮੀਨ ਜਿਹੜੀ ਆ ਉਹ ਲੈ ਕੇ ਤੇ ਇਹਨਾਂ ਛੋਟੇ ਕਿਸਾਨਾਂ, ਮਜ਼ਦੂਰਾਂ, ਕਿਰਤੀਆਂ, ਦੁਕਾਨਦਾਰਾਂ ਦੇ ਵਿੱਚ ਇਸ ਦੀ ਵੰਡ ਕੀਤੀ ਸੀ। ਇਹ ਆਪਣੇ ਆਪ ਦੇ ਵਿੱਚ ਦੁਨੀਆ ਦੇ ਇਤਿਹਾਸ ਵਿੱਚ ਇਹ ਇੱਕ ਆਪਣੇ ਆਪ ਵਿੱਚ ਇੱਕ ਵਿਲੱਖਣਤਾ ਵਾ ਜੋ ਇਹ ਹੋਇਆ। ਬਹਰਹਾਲ ਮੁੱਖ ਜਿਹੜੇ ਮੁਜ਼ਾਹਰਾ ਮੂਵਮੈਂਟ ਦੇ ਲੀਡਰ ਸੀ, ਜਿਨ੍ਹਾਂ ਵਿੱਚ ਕਿਉਂਕਿ ਸੁਤੰਤਰ ਵੀ ਅੰਡਰਗਰਾਊਂਡ ਸੀ ਔਰ ਧਰਮ ਸਿੰਘ ਫੱਕਰ ਵੀ ਜਿਹੜੇ ਮੇਨ ਲੀਡਰ ਸੀ ਉਹ ਵੀ ਅੰਡਰਗਰਾਊਂਡ ਸੀ, ਲੇਕਿਨ ਉਹਨਾਂ ਦੇ ਨਾਲ 85 ਜਣੇ ਹੋਰ ਫੜੇ ਜਾਂਦੇ ਨੇ ਔਰ ਇਹਨਾਂ ਦੀ ਪੈਰਵਾਈ ਜਿਹੜੀ ਆ ਬੜੇ ਤਗੜੇ ਮਾਨਸਾ ਦੇ ਵਕੀਲ ਲਾਲਾ ਦੇਸਰਾਜ ਔਰ ਬਾਬੂ ਬ੍ਰਿਸ਼ ਭਾਨ ਸੁਨਾਮ ਤੋਂ ਬੜੇ ਨਾਮੀ ਵਕੀਲ ਸੀ, ਜਿਹੜੇ ਬਾਅਦ ਵਿੱਚ ਇਹ ਪੰਜਾਬ ਦੇ ਜਿਹੜੇ ਉਹ ਮੁੱਖ ਮੰਤਰੀ ਵੀ ਬਣਦੇ ਆ ਉਹਨਾਂ ਨੇ ਕੀਤੀ। ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਮੂਵਮੈਂਟ ਤੋਂ ਬਾਅਦ ਕਿਉਂਕਿ CPI ਦਾ ਜ਼ੋਰ ਪੈਣ ਨਾਲ ਇਹ ਜਿਹੜੀ ਆ ਇਹ ਮੂਵਮੈਂਟ ਲਾਲ ਪਾਰਟੀ ਜਿਹੜੀ ਆ ਇਹ 1952 ਦੇ ਵਿੱਚ ਇਹਨੂੰ ਤੋੜ ਦਿੱਤਾ ਜਾਂਦਾ ਵਾ, ਤੋੜ ਕੇ ਇਹ ਇੱਕ ਕਿਸਮ ਦਾ CPI ਦੇ ਰਲੇਵਾਂ ਉਹ ਬਣਦਾ ਆ। ਲੇਕਿਨ ਇਹ ਜਿਹੜਾ ਰਲੇਵਾਂ ਆ ਇਹ ਵੀ ਜਿਹਨੂੰ ਕਹਿ ਲਈਏ ਬਹੁਤਾ ਲੰਮਾ ਸਮਾਂ ਨਾ ਨਿਭਿਆ। ਔਰ ਹੋਇਆ ਕੀ ਕਿ ਬਹੁਤ ਜ਼ਿਆਦਾ ਇਹ ਪਾਰਟੀ ਅੰਦਰ ਖਿੱਚੋ ਤਾਣ, ਜਗੀਰੂ ਸੋਚ ਦਾ ਬੋਲਬਾਲਾ ਤੇ ਜਿਹੜਾ ਵਾ ਗਲਤ ਅਨਸਰਾਂ ਦੀ ਘੁਸਪੈਠ ਨੇ ਜਿਹੜੀ ਆ ਇਹਨਾਂ ਦੀ ਜਿਹੜੀ ਸੁਮੇਲ ਆ ਖਾਸ ਕਰਕੇ ਕਿਰਤੀ ਪਾਰਟੀ ਜਾਂ ਲਾਲ ਪਾਰਟੀ ਵਾਲਿਆਂ ਦਾ ਉਹ ਬਹੁਤ ਹੀ ਕੰਮ ਕਰਨ ਲਈ ਇਹਨਾਂ ਨੂੰ
सहयोग ना दिता कम्युनिस्ट पार्टी ने, जिदे करके बहुत ज्यादा साथी विचों दिल भी छड़ चुके सी। बहरहाल आप अगे चलते हाँ। इस तो अगे तेजा सिंह सतंत्र हुरी के पेप्सू मूवमेंट जी अजय साथी तो उन्होंने अंदर ही सी, लेकिन कुछ जेडे उन्हां दे वर्कर सीगे वो अजे भी थोड़ा थोड़ा काम करी जा रहे सी। सतर होरी भी माले तो पैपसू दे खेतर चो पंजाब आउंदे ने, इथों चलदे चलदे फिर ये दिल्ली भी चले जाते ने। सतंत्र होरां दे बारे मैं दसदा जावां, इन्हां नूं तकरीबन 12 वख-वख मुल्कां दीआं बोलियां आउंदियां सी और भेस नूं अपने हुलिए नूं चेंज करन विच ये बहुत ज्यादा एक्सपर्ट सी। दिल्ली विच ये सराय रोहेला ईस्ट मोती बाग विच जाके एक मिस्त्री दे भेस विच उत्थे जिथे प्रचार करदे आ मजदूरां च, उत्थे ये छोटे छोटे दो कमरे बनाउंदे आ। इसे मौके दौरान सतंत्र हुरी क्योंकि अंडरग्राउंड ने प्रचार जारी रखते ने, ये समुचे पंजाब और नेपाल दे बॉर्डर चीन दे बॉर्डर तक भी जाते हैं। नेपाल दे बॉर्डर जदों ये जा रहे ने, इन्हां दी 11 साल दी बेटी अवतार कौर बहुत ज्यादा बीमार होंदे ने और उसकी रस्ते विच मौत होंदी आ। इन्हां नूं होर कोई रस्ता नहीं सी, इन्हां नूं उस नूं उत्थे ही रस्ते विच दफनाउणा पिया। ये कुछ मुशां उन्हां इनकलाबियां नूं होंदियां ने जिन्हां ने परिवार नूं पिछे मुल्क नूं मूहरे रखिया हो। 20 अक्टूबर 1962 तो 21 नवंबर 1962 ठीक एक महीना एक दिन भारत चीन की लड़ाई होंगी है, जिदे विच भारत बहुत ही तरह हारदा। उस समय भी इंडियन जिहड़ी नॉर्थ ईस्टर्न कमांड आ वो नहरू नूं अप्रोच करदी आ कि साडे नाल सुतंत्र सिंह मुलाकात कराओ। उहदी वजह सी सुतंत्र होरां नूं नेपाल चीन दे बारे दी बहुत ज्यादा जानकारी सी, ते उस समय फिर सुतंत्र ने इंडियन जिहड़ी कमांड आ उहनां कुझ रस्ते दसे, कुझ नवीआं जुगतां दसियां कि तुसीं चीन दे बार्डर ते जा के किवें लड़ सकदे हो। हुण क्योंकि सुतंत्र ते खुद अंडरग्राउंड और कुछ इनकलाबी जिन्हां विच पुराने गदरी और कुछ अकाली लीडर और कुछ सीपीआई दे, उन्हां ने सलाह की कि क्यों ना किसी तरीके नाल सुतंत्र होरां दी अंडरग्राउंड लाइफ जिहड़ी आ इहनूं खत्म कराया जाए। ते फिर एक गदरी बाबिआं दा डैपूटेशन बनदा वा जिहदी अगवाई हुण सिपाहां करदे आ। तुसीं कुझ दिन पहलां इसे प्रोग्राम च बाबा सोहन सिंह भकना होरां दे उत्ते जिक्र कीता सी, जदों सोहन सिंह भकना पंडित नेहरू प्रधानमंत्री इंडिया नूं मिलदे ने, ते नेहरू कहिंदा बाबा जी तुहाडी कमर इन्नी टेढ़ी हो गई आ, इन्ना संघर्ष किया तुसीं। ते भकना साहब कहिंदे पंडित जी ये कबर गोरियां दे नाल लड़ के टेढ़ी नहीं होई, जिन्नी तुहाडियां जेलां ने इहनूं टेढ़ा कीता। बड़ा तगड़ा एक स्टाइल सी, बड़ा तगड़ा एक व्यंग सी और ये है भी ठीक सी। इस तो अगे जाके फिर क्यों सीपीआई जेड़ी आ चीन की लड़ाई ने सीपीआई नूं दुफेड़ करके इहदे विचों सीपीएम बनाती, ते 7 तो 11 जुलाई दे विच 1964 नूं आंध्रा प्रदेश दे तनाली शहर विच सीपीएम दा जन्म हुंदा। हुण कमाल दी गल इह आ कि सीपीएम प्रो चाइना कह लो, सीपीआई प्रो रशिया कह लो, पर ऐसी कहड़ी गल सी कि सुतंत्र हुरी जिहड़े शुरू तों हथियारबंद संघर्ष दे विच विश्वास करदे सी उह सीपीआई दे विच ही रहे। इहदे की कारण हो सकदे आ इह मैं अपने स्रोतियां और जिहड़े भी लोग मेरी किताब पढ़नगे ये उन्हां लई मैं छड्डदा वां नौजवानां लई तां कि उह इहदे उत्ते खोज करन, लेकिन जो मेरी समझ मुताबक आ उह इह सी कि की किधरे
ਜ਼ਰੂਰੀ ਹੈ ਸਮਝ ਚੁੱਕੇ ਸੀ ਅਤੇ ਅਜੇ ਹਿੰਦੁਸਤਾਨ ਦੇ ਲੋਕ ਜਿਹੜੇ ਨੇ ਆਰਮਡ ਸਟਰਗਲ ਲਈ ਹਿੰਦੁਸਤਾਨ ਦੇ ਵਿੱਚ ਇੱਕ ਕਮਿਊਨਿਸਟ ਸੋਸਾਇਟੀ ਜਿਹਨੂੰ ਸੋਸ਼ਲਿਜ਼ਮ ਕਹਿੰਦੇ ਆ ਉਹਦੀ ਕਾਇਮੀ ਵਾਸਤੇ ਅਜੇ ਤਿਆਰ ਨਹੀਂ ਤੇ ਇਸ ਕਰਕੇ ਉਹਨਾਂ ਨੇ CPI ਵਾਲਾ ਰਾਹ ਲੈ ਲਿਆ ਹੋਵੇ ਦੂਜਾ ਉਹ CPM ਦੇ ਵਿੱਚ ਨਾ ਜਾਣ ਦਾ ਕਾਰਨ ਕਿ ਉਹਦੇ ਵਿੱਚ ਫਿਰ ਜਿਹੜੀ ਸੋਚ ਮੈਂਟੈਲਿਟੀ ਸੀ ਉਹ ਕਾਫੀ ਹਾਵੀ ਹੋ ਚੁੱਕੀ ਸੀ ਤੀਸਰਾ ਕੀ ਕਿ ਜਦ ਸੁਤੰਤਰ ਹੋਈ ਥੱਕ ਤੇ ਨਹੀਂ ਸੀ ਚੁੱਕੇ ਜਿਹੜੀ ਕਿ ਬੜੀ ਸੋਹਣੀ ਗੱਲ ਆ ਪਰ ਮੈਂ ਫਿਰ ਵੀ ਦੱਸ ਰਿਹਾ ਔਰ ਅਗਲਾ ਕਿ ਕੀ ਕਿਧਰੇ ਪੈਪਸੂ ਲਹਿਰ ਨੇ ਮਜ਼ਾਰਿਆਂ ਨੂੰ ਜਿਹੜੀ ਮਜ਼ਾਰਿਆਂ ਦੀ ਜਿੱਤਿਆ ਉਹਦੇ ਨਾਲ ਹੀ ਉਹ ਸੰਤੁਸ਼ਟ ਸੈਟਿਸਫਾਈ ਹੋ ਗਏ ਸੀ ਕਿ ਹੁਣ ਸਾਡਾ ਇਨਕਲਾਬ ਇੱਥੋਂ ਹੀ ਤੱਕ ਆ ਇਹ ਕੁਝ ਸਵਾਲ ਨੇ ਜਿਹੜੇ ਮੈਂ ਆਪਣੇ ਤੋਤਿਆਂ ਵਾਸਤੇ ਛੱਡਦਾ ਹਾਂ ਇੱਕ ਗੱਲ ਬੜੀ ਜ਼ਰੂਰੀ ਆ ਕਿ ਸੰਗਰੂਰ CPI ਵੱਲੋਂ ਸੰਗਰੂਰ ਦੀ ਪਾਰਲੀਮੈਂਟ ਸੀ 1971 ਵਿੱਚ ਇੱਕ ਤਿਕੋਨਾ ਮੁਕਾਬਲਾ ਸੀ ਜਿਹਦੇ ਵਿੱਚ ਅਕਾਲੀ ਦਲ ਦਾ ਬਲਦੇਵ ਸਿੰਘ CPM ਦਾ ਹਰਨਾਮ ਸਿੰਘ CPI ਦਾ ਤੇਜਾ ਸਿੰਘ ਸੁਤੰਤਰ ਇਲੈਕਸ਼ਨ ਲੜਦੇ ਆ ਔਰ ਇਸ ਸੀਟ ਤੋਂ ਤੇਜਾ ਸਿੰਘ ਸੁਤੰਤਰ ਹੋਈ ਮਹਿਜ 210 ਵੋਟਾਂ ਲੈ ਕੇ ਜਿੱਤਦੇ ਆ ਸੰਗਰੂਰ ਪਾਰਲੀਮੈਂਟ ਸੀਟ ਤੋਂ ਸੁਤੰਤਰ ਹੋਰਾਂ ਨੇ ਪਾਰਲੀਮੈਂਟ ਵਿੱਚ ਜਾ ਕੇ ਹਮੇਸ਼ਾ ਹੀ ਕਿਸਾਨਾਂ ਦੇ ਹੱਕ ਦੀ ਮਜ਼ਦੂਰਾਂ ਦੇ ਹੱਕ ਦੀ ਜਿਹੜੀ ਆ ਉਹ ਗੱਲ ਕੀਤੀ ਆ ਇਹ ਉਹਨਾਂ ਦਾ ਪਾਰਲੀਮੈਂਟ ਦੇ ਵਿੱਚ ਜਿਹੜਾ ਰਿਕਾਰਡ ਆ ਉਹ ਵੀ ਇਹ ਗੱਲ ਇਸ ਗੱਲ ਦੀ ਗਵਾਹੀ ਦਿੰਦਾ ਵਾ ਸੁਤੰਤਰ ਹੋਰਾਂ ਦੀ ਸਿੰਪਲੀਸਿਟੀ ਸਧਾਰਨ ਤੇ ਫਕੀਰਾਨਾ ਜ਼ਿੰਦਗੀ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਕਿ ਜਦੋਂ ਇਹਨਾਂ ਨੂੰ MP ਬਣਦੇ ਨੇ ਦਿੱਲੀ ਵਿੱਚ ਇਹਨਾਂ ਨੂੰ MP ਫਲੈਟ ਮਿਲਦੇ ਨੇ ਮੈਂ ਖੁਦ ਵੀ ਜਾ ਕੇ ਰਹਿ ਚੁੱਕਾ ਵਾਂ ਜਦੋਂ ਇਹ ਬੁੱਕ ਲਿਖ ਰਿਹਾ ਸੀ ਮੈਂ ਧਰਮਵੀਰ ਗਾਂਧੀ ਹੋਰਾਂ ਦੀ ਕੋਠੀ 'ਚ ਉੱਥੇ ਰਿਹਾ ਜਾ ਕੇ ਜਿਹੜੀ MP ਫਲੈਟ ਸੀ ਕਿੰਨੇ ਸ਼ਾਨਦਾਰ ਕਿੰਨੇ ਆਲੀ ਸ਼ਾਨ ਹਰ ਕਿਸਮ ਦੀ ਸਹੂਲਤ ਆ ਲੇਕਿਨ ਸੁਤੰਤਰ ਹੋਰੀ ਆਪਣੀ ਉਸ ਕੋਠੀ ਵਿੱਚ ਸਰਕਾਰੀ ਵਿੱਚ ਇੱਕ ਦਿਨ ਵੀ ਨਹੀਂ ਸੀ ਰਹੇ ਇਹਨੇ ਜਿਹੜਾ ਆਪਣਾ ਮਕਾਨ ਖੁਦ ਇੱਕ ਬਿਲਕੁਲ ਮਾਮੂਲੀ ਜਿਹਾ ਮਕਾਨ 2 ਕਮਰਿਆਂ ਦਾ ਬਣਾਇਆ ਸੀ ਇਹ ਆਪਣੀ ਪਤਨੀ ਹਰਭਜਨ ਕੌਰ ਨਾਲ ਉੱਥੇ 3 ਸਾਲ ਰਹਿੰਦੇ ਰਹੇ ਜਿਹੜੀ ਸਰਕਾਰੀ ਰਿਆਸ ਸੀ ਉਹ ਇਹਨਾਂ ਨੇ ਆਉਣ ਵਾਲੇ ਇਹ ਜਿਹੜੇ ਲੋਕ ਸੀਗੇ ਵੱਖ ਵੱਖ ਪੰਜਾਬ ਤੋਂ ਖਾਸ ਕਰਕੇ ਸੰਗਰੂਰ ਤੋਂ ਜਖਣੀ ਉਹਨਾਂ ਦੀ ਰਿਹਾਇਸ਼ ਵਾਸਤੇ ਤੇ ਫਰੀ ਖਾਣਾ ਰਹਿਣਾ ਸਹਿਣਾ ਇਹ ਉਹਨਾਂ ਨੇ ਉਹ ਕੋਠੀ ਉਹਨਾਂ ਨੂੰ ਦੇ ਰੱਖੀ ਸੀ ਆਪ ਇਹਨਾਂ ਦੀ ਸਿੰਪਲੀਸਿਟੀ ਇਹ ਸੀ ਇੱਕ ਕੁਦਰਤੀ ਅਲਾਮਤ ਇਹਨਾਂ ਨੂੰ ਜ਼ਰੂਰ ਚਿਰਾਂ ਤੋਂ ਇਹਨਾਂ ਦਾ ਇਹ ਨਾਲ ਲੱਗੀ ਸੀ ਉਹ ਸੀ ਇਹ ਡਾਇਬੈਟਿਕ ਸੀ ਇਹਨਾਂ ਨੂੰ ਸ਼ੂਗਰ ਦੀ ਜਿਹੜਾ ਉਹ ਰੋਗ ਸੀਗਾ 12 ਅਪ੍ਰੈਲ 1973 ਨੂੰ ਕਿਸਾਨੀ ਮਸਲੇ ਦੇ ਉੱਤੇ ਹੀ ਪਾਰਲੀਮੈਂਟ ਹਾਊਸ ਦੇ ਆਪਣੇ ਚੈਂਬਰ ਵਿੱਚ ਇਹ ਆਪਣੀ ਇੱਕ ਸਪੀਚ ਤਿਆਰ ਕਰ ਰਹੇ ਸੀ ਜਿੱਥੇ ਇਹਨਾਂ ਨੂੰ ਹਾਰਟ ਅਟੈਕ ਹੁੰਦਾ 12 ਅਪ੍ਰੈਲ 1973 ਨੂੰ ਉੱਥੇ ਇਹ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਨੇ ਵੇਖੋ ਇਤਫਾਕਨ ਗੱਲ ਇਹ ਆ 13 ਅਪ੍ਰੈਲ 1919 ਨੂੰ ਜਲਿਆਂ ਵਾਲੇ ਬਾਗ ਦੇ ਵਿੱਚ ਗੋਲੀ ਚੱਲਦੀ ਆ ਔਰ 13 ਅਪ੍ਰੈਲ 1973 ਨੂੰ ਤੇਜਾ ਸਿੰਘ ਸੁਤੰਤਰ ਹੋਰਾਂ ਨੂੰ ਐਜੇ ਮੇਨ ਗੈਸਟ ਸਪੀਕਰ ਜਲਿਆਂ ਵਾਲੇ ਬਾਗ ਵਿੱਚ ਬੁਲਾਇਆ ਜਾਂਦਾ ਵਾ ਲੇਕਿਨ ਜਲਿਆਂ ਵਾਲਾ ਬਾਗ ਜਿਹੜਾ ਵਾ ਉਹ ਜਿਹੜਾ ਵਾ ਉਹ ਇੱਕ ਐਸੇ ਸ਼ਖਸ ਦੀ ਉਡੀਕ ਕਰਦਾ ਰਹਿ ਗਿਆ ਤੇ ਜਿਹੜੇ ਲੋਕ ਅੱਡੀਆਂ ਚੁੱਕ ਚੁੱਕ ਕੇ ਇੰਤਜ਼ਾਰ ਕਰ ਰਹੇ ਸੀ ਇਸ ਮਹਾਨ ਦੇਸ਼ ਭਗਤ ਦਾ ਇਨਕਲਾਬੀ ਦਾ ਯੋਧੇ ਦਾ ਉਹ ਪੂਰਾ ਨਾ ਹੋ ਸਕਿਆ ਇਹਨਾਂ ਦੀ ਡੈਡ ਬਾਡੀ ਜਿਹੜੀ ਆ ਉਹ ਦਿੱਲੀ ਤੋਂ ਜਲਨ ਆਉਂਦੀ ਆ ਪਾਰਟੀ ਹੈੱਡਕੁਆਟਰ ਦੇ ਵਿੱਚ ਉੱਥੋਂ ਅੰਮ੍ਰਿਤਸਰ ਆਉਂਦੀ ਆ ਜਲਿਆਂ ਵਾਲੇ ਬਾਗ ਦੇ ਵਿੱਚ ਤੇ ਉੱਥੋਂ ਫਿਰ ਪਿੰਡ ਅਲੂਣਾ ਆਉਂਦੀ ਆ ਜਿੱਥੇ ਇਹਨਾਂ ਦਾ ਅੰਤਮ ਜਿਹੜੀ ਇਹਨਾਂ ਦੀ ਯਾਤਰਾ ਇਹਨਾਂ ਦਾ ਸੰਸਕਾਰ ਉਹ ਕੀਤਾ ਜਾਂਦਾ ਵਾ ਇਹ ਹੁਣ ਗੱਲ ਕਰਦੇ ਹਾਂ ਇਹ
ਅਸੀਂ ਗੱਲ ਕਰਦੇ ਹਾਂ ਭਈ ਜਿਹੜਾ ਦੌਰ ਅੱਜ ਚੱਲ ਰਿਹਾ ਵਾ ਪੰਜਾਬ ਦੇ ਵਿੱਚ, ਜੋ ਸੰਘਰਸ਼ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਹੋਰਾਂ ਦੀ ਮੌਤ ਤੋਂ ਬਾਅਦ ਪੰਜਾਬ ਦੇ ਵਿੱਚ ਚਾਲੂ ਕੀਤਾ ਸੀ, ਤੇ ਉਸ ਸਮੇਂ ਦੀ ਜ਼ਾਬਰ ਹਕੂਮਤ ਨਾਲ ਮਾਮਲਾ ਵੀ ਕੀਤਾ, ਤੇ ਜੋ ਉਹਨਾਂ ਨੇ ਜ਼ਮੀਨੀ ਸੁਧਾਰ, ਜ਼ਮੀਨ ਹਲ ਵਾਹਕ ਦੀ ਲੈਂਡ ਟੂ ਦਾ ਟਿਲਰ ਮੂਵਮੈਂਟ ਚਲਾਈ ਸੀ ਤਕਰੀਬਨ 710 ਦੇ ਵਿੱਚ, ਉਸ ਤੋਂ ਠੀਕ ਤਕਰੀਬਨ 240 ਸਾਲ ਬਾਅਦ, ਜੋ ਕੁਝ ਕਾਰਜ ਅਜੇ ਉਸ ਸਮੇਂ ਅਧੂਰੇ ਰਹਿ ਗਏ ਸੀ, ਉਹ ਸ਼ਾਇਦ ਤੀਜਾ ਸਿੰਘ ਸੁਤੰਤਰ ਦੇ ਹਿੱਸੇ ਆਏ, ਤੇ ਇਹਨਾਂ ਨੇ ਪੈਪਸੂ ਮੂਵਮੈਂਟ ਜਿਹੜੀ ਆ ਉਹ ਚਲਾ ਕੇ ਪੂਰੇ ਕਰਨ ਦੀ ਕੋਸ਼ਿਸ਼ ਕੀਤੀ। ਉਹੀ ਮਸਲਾ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਸੀ, ਜਗੀਰਦਾਰਾਂ ਤੇ ਲੈਂਡ ਲਾਰਡਸ ਤੋਂ ਜ਼ਮੀਨ ਲੈ ਕੇ ਮਜ਼ਦੂਰਾਂ ਗਰੀਬਾਂ ਦੇ ਵਿੱਚ ਇਹ ਜਿਹੜੀ ਉਹ ਵੰਡੀ ਗਈ। ਉਹ ਜਗੀਰਦਾਰ, ਉਹ ਲੈਂਡ ਲਾਰਡ ਅੱਜ ਦੇ ਕਾਰਪੋਰੇਟ ਘਰਾਣੇ ਸਮਝ ਲਓ, ਔਰ ਪੈਪਸੂ ਦੇ ਵਿੱਚ ਜੋ ਮਜ਼ਾਰਾ ਮੂਵਮੈਂਟ ਚੱਲੀ ਆ, ਤੇ ਉਹ ਜਗੀਰਦਾਰ ਤੇ ਉਹ ਮਹਾਰਾਜੇ ਤੇ ਉਹ ਸਰਕਾਰੀ ਜਿਹੜੇ ਅਫਸਰਸ਼ਾਹੀ ਸੀ ਉਹ ਅੱਜ ਦੇ ਕਾਰਪੋਰੇਟ ਘਰਾਣੇ ਆ, ਤੇ ਉਹਨਾਂ ਦੇ ਉਲਟ ਸੁਤੰਤਰ ਹੋਰਾਂ ਨੇ ਜੰਗ ਕੀਤਾ, ਤੇ ਉਹਦਾ ਹੀ ਕਹਿ ਲਓ ਇੱਕ ਇਤਿਹਾਸ ਦਾ ਜਿਹੜਾ ਥਰਡ ਪੜਾਅ ਕਹਿ ਲਓ। ਅੱਜ ਉਹ ਪੰਜਾਬ ਦੇ ਕਿਸਾਨ ਜਿਨ੍ਹਾਂ ਦੀ ਜ਼ਮੀਨ ਜਿਹੜੀ ਆ, ਜਿਨ੍ਹਾਂ ਦੀ ਹੋਂਦ, ਜਿਨ੍ਹਾਂ ਦੀ ਅੱਜ ਹਸਤੀ ਨੂੰ ਖਤਰਾ ਵਾ, ਉਹ ਅੱਜ ਪੰਜਾਬ ਨਹੀਂ, ਹਰਿਆਣਾ ਨਹੀਂ, ਰਾਜਸਥਾਨ ਨਹੀਂ, ਯੂਪੀ ਨਹੀਂ, ਬੰਗਾਲ, ਬਿਹਾਰ, ਕਰਨਾਟਕਾ, ਰਾਜਸਥਾਨ, ਉਤਰਾਂਚਲ, ਪੰਜਾਬ ਤੋਂ ਬਾਹਰ ਪਾਕਿਸਤਾਨ ਦੇ ਵਿੱਚ ਵੀ ਜਿਹੜਾ ਹਿੰਦੁਸਤਾਨ ਦਾ ਪੰਜਾਬ ਆ, ਕਿਸਾਨੀ ਮੂਵਮੈਂਟ ਚੱਲਦੀ ਆ, ਉਹਦੇ ਹੱਕ ਵਿੱਚ ਸਾਡਾ ਨਾਰਾ ਮਾਰਿਆ ਜਾ ਰਿਹਾ, ਔਰ ਸਮੁੱਚੀ ਦੁਨੀਆ ਦੇ ਵਿੱਚ ਇਹ 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 ਇਹਦੀ ਸਪੋਰਟ ਹੋ ਰਹੀ ਆ। ਇਹ ਇੱਕ ਆਪਣੇ ਆਪ ਵਿੱਚ ਇੱਕ ਵਿਲੱਖਣ ਸੰਘਰਸ਼ ਆ ਜਿਹੜਾ ਉਹ ਮਜਬੂਰਨ ਕਿਸਾਨਾਂ ਨੂੰ ਇਹ ਕਰਨਾ ਪੈ ਰਿਹਾ ਵਾ, ਔਰ ਇਹ ਸੰਘਰਸ਼ ਐਡਾ ਸ਼ਾਂਤਮਈ ਸੰਘਰਸ਼ ਆ ਕਿ ਇੱਕ ਮਹੀਨੇ ਤੋਂ ਇੱਕ ਮਹੀਨਾ ਤੇ ਇੱਕ ਦਿਨ ਅੱਜ ਹੋ ਗਿਆ ਵਾ, ਕਿਤੇ ਵੀ ਕੋਈ ਗਲਤ, ਕੋਈ ਵਾਇਲੈਂਸ ਨਹੀਂ ਹੋਈ, ਕੋਈ ਗਲਤ ਐਸਾ ਨਹੀਂ ਵਰਤਾਰਾ ਵਰਤਿਆ ਕਿ ਜਿਹਦੇ ਨਾਲ ਹਕੂਮਤ ਜਿਵੇਂ ਇਹਨਾਂ ਨੂੰ ਬ੍ਰੈਂਡ ਕਰਨਾ ਚਾਹੁੰਦੀ ਆ, ਇਹ ਵੱਖਵਾਦੀ ਆ, ਇਹ ਅੱਤਵਾਦੀ ਆ, ਇਹ ਵੱਖ ਵੱਖ ਨਾਂ ਦੇ ਨਾਲ ਇਹਨਾਂ ਨੂੰ ਵਿਰੋਧ ਕੀਤਾ ਜਾਂਦਾ ਵਾ, ਉਹ ਅੱਜ ਤੱਕ ਐਸੀ ਕੋਈ ਉੱਥੇ ਗੱਲ ਵੇਖਣ ਨੂੰ ਨਹੀਂ ਮਿਲੀ। ਈਵਨ ਗੋਦੀ, ਜਿਹਨੂੰ ਮੋਦੀ ਮੀਡੀਆ ਅਸੀਂ ਗੋਦੀ ਮੀਡੀਆ ਕਹਿੰਦੇ ਹਾਂ, ਉਹ ਖੁਦ ਇਹ ਮੰਨਣ ਮਜਬੂਰ ਨੇ ਕਿ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਹਿਸਟੋਰੀਕਲ ਜਿਹੜੀ ਇਹ ਮੂਵਮੈਂਟ ਆ। ਔਰ ਮੈਂ ਅਖੀਰ ਤੇ ਦੱਸਦਾ ਜਾਵਾਂ ਕਿ ਆਓ ਕਾਮਨਾ ਕਰੀਏ, ਇਕੱਲਾ ਪੰਜਾਬ ਨਹੀਂ, ਇਕੱਲਾ ਹਿੰਦੁਸਤਾਨ ਨਹੀਂ, ਪਾਕਿਸਤਾਨ ਨਹੀਂ, ਸਮੁੱਚੀ ਦੁਨੀਆ ਦੇ ਕਿਸਾਨ ਜੇ ਚੜ੍ਹਦੀ ਕਲਾ ਵਿੱਚ ਨੇ, ਜੇ ਖੁਸ਼ਹਾਲ ਨੇ, ਜੇ ਜਿਉਂਦੇ ਰਹਿਣਗੇ ਤੇ ਸਾਡੀ ਹੋਂਦ ਜਿਹੜੀ ਆ ਉਹ ਜਿਉਂਦੀ ਰਹੇਗੀ। ਇਹਨਾਂ ਕੁਝ ਕਹਿੰਦਾ ਹੋਇਆ ਮੈਂ ਟਾਈਮ ਥੋੜ੍ਹਾ ਵੱਧ ਲੈ ਗਿਆ ਤੇ ਮੈਂ ਛੁੱਟੀ ਲਿਆ। ਬਹੁਤ ਮਿਹਰਬਾਨੀ, ਜੇ ਕੋਈ ਸਵਾਲ ਹੋਵੇ ਤੇ ਜ਼ਰੂਰ। ਜੀ ਗੁਰੈ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਬੜਾ ਅੱਛਾ ਅੱਜ ਦਾ ਜਿਹੜਾ ਲੈਕਚਰ ਰਿਹਾ। ਕੁਛ ਸਵਾਲ, ਕੁਛ ਗੱਲਾਂ ਬਾਤਾਂ ਅਸੀਂ ਸਾਂਝੀਆਂ ਕਰਾਂਗੇ ਤੁਹਾਡੇ ਨਾਲ। ਇੱਕ ਤੇ ਮੈਂ ਸਾਡੇ ਕੋਲ ਇੱਕ ਕੁਐਸਚਨ ਜਿਹੜਾ ਹੈ ਉਹ ਆਇਆ ਹੈ ਜੀ ਜੀ ਪ੍ਰੋਫੈਸਰ ਅਮਨਦੀਪ ਹੋਰਾਂ ਵੱਲੋਂ ਕੁਐਸਚਨ ਹੈ ਕਿ ਫੌਜਾ ਸਿੰਘ ਨੇ ਮੈਂਸ਼ਨ ਕੀਤਾ ਸੀ ਕਿ ਤੇਜਾ ਸਿੰਘ ਜਿਹੜੇ ਸਨ ਉਹਨਾਂ ਨੇ ਇੱਕ ਖਾਲਸਾ ਕਾਲਜ 'ਚ ਲੀਡ ਕੀਤੀ ਸੀ ਰੋਲਟ ਐਜੀਟੇਸ਼ਨ ਦੇ ਹਵਾਲੇ ਨਾਲ ਸਟ੍ਰਾਈਕ ਨੂੰ। ਤੁਹਾਡੇ ਕੋਲ ਇਹਦਾ ਕੋਈ ਆਈਡੀਆ, ਕੋਈ ਤੁਸੀਂ ਇਹਨੂੰ ਵੇਖਿਆ ਹੋਵੇ? ਦੁਬਾਰਾ ਦੱਸਿਓ, ਖਾਲਸਾ ਕਾਲਜ ਅੰਮ੍ਰਿਤਸਰ? ਹਾਂਜੀ, ਖਾਲਸਾ ਕਾਲਜ ਅੰਮ੍ਰਿਤਸਰ ਹੀ। ਹਾਂ, ਕਿਉਂਕਿ ਉਦੋਂ ਤੇਜਾ ਸਿੰਘ ਦੀ ਮੈਚ ਜਿਹੜੀ 18 ਸਾਲ ਦੀ ਉਮਰ ਸੀ, ਔਰ ਕਿਉਂਕਿ ਇਹਨਾਂ ਦਾ ਜਨਮ 1901 ਦੇ ਵਿੱਚ ਹੁੰਦਾ ਵਾ, ਤੇ 1919 ਦੇ ਵਿੱਚ ਇਹ ਜਿਹੜੀ ਆ ਇਹ ਵਾਰਦਾਤ ਵਾਪਰਦੀ ਆ ਜਲਿਆਂਵਾਲੇ ਬਾਗ ਦੀ। ਇਹ ਜ਼ਰੂਰ ਹੋ ਸਕਦਾ ਵਾ ਕਿਉਂਕਿ ਇਹ ਸੁਤੰਤਰ ਹੋਈ ਆਪਣੀ ਉਮਰ ਤੋਂ ਜ਼ਿਆਦਾ ਚੇਤਨ ਹੋ ਗਏ ਸੀਗੇ,
क्योंकि इन्हों का जो आला दुआला से वह बड़ा इनकलाबी से। लेकिन सॉरी कि मैं मेरे पढ़ने में कितने नहीं आया, लेकिन मैं ये मान सकता हाँ कि यह जरूर होगा। जी प्रोफेसर हरदीप कौर वरैच उन्होंने पूछा कि तुहानू कोई आइडिया होवे एसोसीएशन विद सचिंद्र नाथ सन्याल इनफॉर्मेशन ऑफ सांझीवाल एसोसीएशन। मैं ये उत्ते ज्यादा ये मैं नहीं पढ़ने कितने मिलया मैं ये जी सांझीवाल जी गल कर रहे ने, क्योंकि एक दुखांत वेखो चट्ठा साहब वो ये कि स्वतंत्र हुरा उत्ते इन्हों हमेशा ही पार्टी वर्कर भी कहते रहे कि स्वतंत्र साहब कुछ लिखो, कुछ अपनी मैमरीज लिखो, यादा लिखो, अपने कारनामे जो तुम पिछे किए हूँ कर रहे हो प्लीज इन्हों कलम बंद करो। लेकिन यह हमेशा ही कहते रहे कि अजे कम बहुत ने करने वाले, जिन्होंने लिखना वा वह बाद चापे लिखते रहेंगे, जिदे करके बड़ा कुछ जड़ा वा वो सानू बड़ी मुश्किल मिलिया वा। तकरीबन पौने 2 साल की सख्त मेहनत के बाद असी इन्हू इना दे उन्ना उन्ना पैरों नपया जिथे जिथे इन्होंने काम किया, जिथे जिथे इन्होंने इन्होंने रिश्तेदारी जड़ी वो जो भी सी। एक गल मैं होर भी दसता जावा कि हाँ जदों एक बार ये पहला बुढ़लाडा तो इलैक्शन लड़े सी ते इन्हों सिर्फ 7900 वोटा मिलिया सी, ये गल मैं भुल गया करनी। सन 1969 दे विच इन्हों 69 वोटा मिलिया सी, 69 उहदी वजह इन्होंने देखिया कि इत्थे अनपढ़ता वा जिदे करके लोगों नू एनलाइटन करन दी लोड़ आ। और इन्होंने किरती कॉलेज निहाल पत्रा किरती कॉलेज जदों मैं हुण ये बुक लिखण दे संबंध विच उत्थे गया ते ओ मैं उत्थे मिलिया जा के उत्थे पुराने इन्हां दे जिहड़े पार्टी वर्कर सी अजे भी जिउंदे उन्हां नू मिलिया। और फिर होर भी बहुत थावां ते इन्हां ने स्कूल खोले, क्यों सही तरीके नाल ये एजुकेट नहीं होंगे उन्हें अगर गल नहीं तुर सकती। सो मैं इन्ना की कह सकता कि सतिंद्र नाथ सच्याल बहुत बड़े इनकलाबी, मेरा नहीं ख्याल कि उन्होंने अटैचमेंट किधरे सी। जी दूसरा ये कॉमरेड जी दसना कि जेडे लाल पार्टी सी ये पार्टीशन तो पहले बन गई सी या फिर इन्होंने बाद बनाई सी। लाल पार्टी जड़ी आ जदों 1947 ਦੇ ਵਿੱਚ ਜਦੋਂ ਮੁਲਕ ਦੇ ਟੋਟੇ ਹੋ ਜਾਂਦੇ ਨੇ, ਮੁਲਕ ਦੇ ਟੋਟੇ ਕਿਹੜੇ ਹੋਣੇ ਸੀ, ਇੱਕ ਬੰਗਾਲ ਦਾ ਟੋਟਾ ਹੋ ਗਿਆ ਤੇ ਇੱਕ ਪੰਜਾਬ ਦਾ ਟੋਟਾ ਹੋ ਗਿਆ, ਬਾਕੀ ਜਿਹੜਾ ਨੁਕਸਾਨ ਵੀ ਇਹਨਾਂ ਦਾ ਹੋਇਆ। 47 ਤੋਂ ਬਾਅਦ ਜਿਹੜੀ CPI ਤੇ ਕਿਰਤੀ ਪਾਰਟੀ ਆ ਇਹ ਆਪਸ ਵਿੱਚ ਜਿਵੇਂ ਜਿਹਨੂੰ ਕਹਿੰਦੇ ਆ ਪਈ ਇਹਨਾਂ ਦਾ ਆਪਸ ਵਿੱਚ ਜਿਹੜਾ ਸੀ ਨਾ ਇਹ ਜੋੜ ਮੇਲ ਉਹ ਸਹੀ ਤਰੀਕੇ ਨਾਲ ਨਹੀਂ ਸੀ ਨਿਭ ਰਿਹਾ, ਜਿਹਦੇ ਕਰਕੇ ਜਨਵਰੀ 1948 ਨੂੰ ਜਿਹੜੀ ਆ ਲਾਲ ਪਾਰਟੀ ਹੋਂਦ ਵਿੱਚ ਆਉਂਦੀ ਆ। ਇਹਦਾ ਇਹਦੀ ਇਹਦੀ ਹੋਂਦ ਇਹਦੀ ਉਮਰ ਬਹੁਤ ਛੋਟੀ, ਜਨਵਰੀ 1948 ਤੋਂ 1952 ਤੱਕ ਕਹਿੰਦੇ ਵੀ 4 ਸਾਲ ਇਹ ਇਹ ਪਾਰਟੀ ਰਹੀ। ਜੀ हाँ जी जी गुरैज साहब बहुत बहुत शुक्रिया और बहुत मेहरबानी तुसी अज आए और साड़ी इस गलबात दे विच शामिल होए, साड़े इस प्रोग्राम दी इस हिस्ट्री लैक्चर सीरीज दे विच शामिल होए। तेजा सिंह सतंतर होना दे बारे साड़े जिले सुनने वाले मैं अपने साइड दे पंजाब दी गल करांगा, बहुत सारे हिस्ट्री दे स्टूडेंट साडे समेत सुन रहे होंगे और उन्होंने वास्ते अज दा लैक्चर जिहड़ा बहुत अहम सी और बड़ा नवीं गल्लां जिहड़ियां ने उह सुनन नूं मिलियां। और अज दे इस खूबसूरत लैक्चर वास्ते जनाब दा बहुत बहुत शुक्रिया, बहुत बहुत मेहरबानी और आस करने हैं कि तुसीं अगे भी साडी रिक्वेस्ट ते आंदे रहोगे। बहुत मेहरबानी गुराया साहब। जी जी बहुत मेहरबानी तुहाडी भी, तुहाडे यंग हिस्टोरियन क्लब दी, तुसीं बड़ा सोहना काम करदे हो ते करदे रहोगे, असीं हमेशा कोशिश करांगे तुहाडा साथ दिंदे रहांगे। ते कईआं दे सवाल ਹੋਣਗੇ ਭਾਈ ਇਹ ਕਿਤਾਬ ਕਿੰਝ ਮਿਲ ਸਕਦੀ ਆ,
मैं तो इन्ना ही कहूँगा कि यह पब्लिशर ने जिहड़े ए ओ गूगल ते जाके यूनी स्टार बुक्स ते जान ते ए भरदियां सार ही थले तेजा सिंह सतंत्र आ जाएगा। लोह पुरख मरजीव दा तेजा सिंह सतंत्र ए ए ए उतों ए चंडीगढ़ तो ते ए कर सकदे आ। जी बिल्कुल, साढ़े दोस्त जिन्हां ने लैना चाहनी किताब वो लै भी सकते हैं, और जनाब नू रिक्वेस्ट भी करांगे कि तुसी इहनू अगर जिहड़ा इहदा स्क्रिप्ट इधर वाले स्क्रिप्ट दे मुताबक कर दिओ जिहनू शाहमुखी कहिंदे आ, उहदे विच भी हो जावे ते इत्थे काफ़ी सारे दोस्तां नू पढ़ने च बड़ी आसानी रहिंदी। इंशाल्लाह जी कोई ना कोई साहब जे मैनू हार्ड कापी दे देन ते आपां उहनू शाहमुखी च कन्वर्ट कर लिए ते चलो देखो जी मेहरबानी ठीक, बहुत 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 मेहरबानी जी। सारे दोस्तों का बहुत बहुत शुक्रिया जिहड़े साडे नाल अज मौजूद सन। अज थोड़ा जिहा उन्हां दे कोई डिवाइस का मसला सी जिहदे नाल उन्हां दी आवाज़ का बार बार प्रॉब्लम आ रहा सी। असीं बैक एंड ते काफ़ी कोशिश कीती उन्हां नूं ठीक करन दी, ते ओह बहरहाल कुछ ठीक भी हुई पर नहीं भी हुई, उहदे वास्ते बहुत बहुत माजरत दोस्तां नूं जिहड़ा बर्दाश्त करना पिया। असीं इह अपना लायलपुर यंग हिस्टोरीयन दी हिस्ट्री लैक्चर सीरीज़ दे इस जिहड़ा प्रोग्राम इहनूं चला के रखांगे, और मैं रिक्वेस्ट करांगा अज अपने सारे दोस्तां नूं, खास कर इत्थे हिस्ट्री दे प्रोफेसर जिहड़े साडे नाल मौजूद ने, कि जिहड़े साडे हिस्टोरियन स्टूडेंट्स ने उहनां नूं तुसीं लाजमी कहो कि उह वी इहदे च शामिल होण, इस चीज़ नूं वेखण, तो एटलीस्ट उह इस प्रोग्राम दे विच आण, ताकि साडा जिहड़ा यंग हिस्टोरियन नूं अपनी तारीख वल लियाण दा काम है, असीं उहनूं 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 निभा सकीए। ਤੇ ਦੂਸਰਾ ਇਹ ਸੀ ਕਿ ਅਸੀਂ ਇਸ ਹਿਸਟਰੀ ਲੈਕਚਰ ਸੀਰੀਜ਼ ਦੇ ਹਵਾਲੇ ਨਾਲ ਦੋਸਤਾਂ ਕੋਲ ਬਹੁਤ ਸਾਰੀਆਂ ਚਾਹੁੰਦੇ ਹਾਂ ਕਿ ਸਾਨੂੰ ਸੁਜੈਸ਼ਨਸ ਵੀ ਦੇਣ, ਉਹ ਵਾਇਆ ਈਮੇਲ ਸਾਨੂੰ ਆਪਣੀਆਂ ਸੁਜੈਸ਼ਨਸ ਵੀ ਲਾਜ਼ਮੀ ਭੇਜਣ, ਤਾਂ ਕਿ ਅਸੀਂ ਮਜ਼ੀਦ ਇਹਨੂੰ ਕਿਸ ਤਰ੍ਹਾਂ ਬਿਹਤਰ ਕਰ ਸਕਦੇ ਹਾਂ, ਇਹਦੇ 'ਚ ਕੀ ਨਵੇਂ ਸੁਜੈਸ਼ਨ ਦੇ ਵਿੱਚ ਕੀ ਨਵਾਂ ਹੋਣਾ ਚਾਹੀਦਾ, ਔਰ ਕਿਸ ਤਰ੍ਹਾਂ ਅਸੀਂ ਇਹਨੂੰ ਮਜ਼ੀਦ ਬਿਹਤਰ ਕਰ ਸਕਦੇ ਹਾਂ। ਸੋ ਇਹ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦਾ ਸਿਲਸਿਲਾ ਜਿਹੜਾ ਹੈ ਚੱਲਦਾ ਰਹੇਗਾ, ਔਰ ਅਸੀਂ ਇਹਦੇ 'ਚ ਮਜ਼ੀਦ ਪ੍ਰੋਗਰਾਮ ਵੀ ਕਰਨਾ ਚਾਹੁੰਦੇ ਹਾਂ, ਉਹਦੇ ਵਾਸਤੇ ਵੀ ਤੁਹਾਡਾ ਬਹੁਤ ਸਾਥ ਸਾਨੂੰ ਜ਼ਰੂਰੀ ਹੈ। ਅਸੀਂ PhD ਸਟੂਡੈਂਟਸ ਵਾਸਤੇ ਵੀ ਲਾਸਟ ਟਾਈਮ ਅਨਾਊਂਸਮੈਂਟ ਹੋਈ ਸੀ ਕਿ ਅਗਰ ਤੁਸੀਂ ਆਪਣੇ PhD ਸਟੂਡੈਂਟਸ ਜਿਹੜੇ ਨੇ ਜਿਹੜੇ ਫਾਰਗ ਹੋ ਗਏ ਨੇ ਉਹ ਵੀ ਆਪਣਾ ਕੋਈ ਸੈਮੀਨਾਰ ਇੱਥੇ ਰੱਖ ਸਕਦੇ ਨੇ, ਜਾਂ ਐਸੇ ਸਟੂਡੈਂਟ ਜਿਹੜੇ ਪ੍ਰਪੋਜ਼ਲ ਬਣਾ ਰਹੇ ਨੇ ਔਰ ਉਹਨਾਂ ਨੂੰ ਸੋਰਸਿਸ ਵਗੈਰਾ ਚਾਹੀਦੀ ਹੈ, ਮਸ਼ਵਰੇ ਚਾਹੀਦੇ ਨੇ, ਜਾਂ ਉਹ ਆਪਣੀ ਗੱਲ ਸਾਂਝੀ ਕਰਨਾ ਚਾਹੁੰਦੇ ਨੇ ਬਾਕੀਆਂ ਨਾਲ, ਉਹਦੇ ਉਹਦੇ 'ਚ ਮੁਖਤਲਿਫ ਉਹਨਾਂ ਨੂੰ ਸੁਜੈਸ਼ਨਸ ਚਾਹੀਦੀਆਂ ਹੋਣ, ਤਾਂ ਉਹਦੇ ਹਵਾਲੇ ਨਾਲ ਵੀ ਅਸੀਂ ਜਿਹੜਾ ਹੈ ਉਹ ਪ੍ਰੋਗਰਾਮ ਕਰ ਸਕਦੇ ਹਾਂ, ਔਰ ਅਗਰ ਤੁਸੀਂ ਇਹਦੇ 'ਚ ਇੰਟਰਸਟਡ ਹੋਵੋ ਤਾਂ ਹੋਰ ਵੀ ਜ਼ਿਆਦਾ ਅੱਛਾ ਹੋ ਜਾਏਗਾ। ਸੋ ਇਸ ਦੇ ਨਾਲ ਹੀ ਸਾਡਾ ਜਿਹੜਾ ਇਹ ਪ੍ਰੋਗਰਾਮ ਹੈ ਅੱਜ ਦਾ ਉਹ ਖਤਮ ਹੁੰਦਾ ਹੈ। ਅਸੀਂ ਨਵੇਂ ਪ੍ਰੋਗਰਾਮ ਦੇ ਨਾਲ, ਨਵੀਆਂ ਗੱਲਾਂ ਦੇ ਨਾਲ ਔਰ ਨਵੇਂ ਟੌਪਿਕਸ ਦੇ ਨਾਲ ਹਾਜ਼ਰ ਹੁੰਦੇ ਰਹਾਂਗੇ, ਤੇ ਅਸੀਂ ਜਿਹੜਾ ਹੈ ਉਹ ਜਿਹੜਾ ਇਸ ਪ੍ਰੋਗਰਾਮਾਂ ਨੂੰ ਚਲਾਉਣ ਦਾ ਜਿਹੜਾ ਸਿਲਸਿਲਾ ਹੈ ਉਹਦੇ ਵਾਸਤੇ ਤੁਹਾਨੂੰ ਫਿਰ ਆਖਰ 'ਚ ਰਿਕੁਐਸਟ ਕਰਾਂਗੇ, ਤੁਸੀਂ ਆਪਣੀਆਂ ਸੁਜੈਸ਼ਨਸ ਜਿਹੜੀਆਂ ਨੇ ਉਹ ਲਾਜ਼ਮੀ ਸਾਨੂੰ ਈਮੇਲ ਕਰੋ, ਥੋੜ੍ਹਾ ਜਿਹਾ ਟਾਈਮ ਕੱਢ ਕੇ, ਕਿਉਂਕਿ ਅਸੀਂ ਸਮਝਦੇ ਹਾਂ ਕਿ ਇਹਨਾਂ ਕਰੋਨਾ ਦੇ ਦਿਨਾਂ ਦੇ ਵਿੱਚ ਅਸੀਂ ਪੰਜਾਬ ਦੀ ਹਿਸਟਰੀ ਦੇ ਹਵਾਲੇ ਨਾਲ ਅਗਰ ਕੋਈ ਬਿਹਤਰ ਚੀਜ਼ ਬਣਾ ਸਕਦੇ ਹਾਂ, ਉਹਦੇ ਵਿੱਚ ਮੇਰਾ ਖਿਆਲ ਹੈ ਕਿ ਸਭ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਬਹੁਤ ਮਿਹਰਬਾਨੀ ਜੀ, ਰੱਬ ਰੱਖ।